ਕਿ ਅਸੀਂ ਕਹਿੰਦੇ ਆ ਕਿ ਸਾਨੂੰ ਤਾਂ ਤਨਖਾਹ ਫਿਕਸਡ ਮਿਲੇ ਸਾਨੂੰ ਤਾਂ ਅਗਲੇ ਜਿਹੜੇ 10 ਸਾਲ ਦੇ ਬੈਨੀਫਿਟਸ ਮਿਲਨੇ ਉਹ ਵੀ ਸਾਨੂੰ ਅਸ਼ੋਰ ਹੋ ਜਾਣ ਹੋਣੀ ਲੇਕਿਨ ਕਿਸਾਨ ਨੂੰ ਕਹਿੰਦੇ ਆ ਕਿ ਮਾਰਕੀਟ ਤੇ ਡਿਪੈਂਡੈਂਟ ਹੋਣਾ ਚਾਹੀਦਾ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਮਾਰਕੀਟਸ ਨੇ ਕਿਸਾਨਾਂ ਦੀ ਮਦਦ ਨਹੀਂ ਕੀਤੀ ਕਿ ਤੁਸੀਂ ਪ੍ਰੋਡਕਟੀਵਿਟੀ 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 ਵਧਾਈ ਜਾਓ ਲੇਕਿਨ ਜਦ ਤੱਕ ਤੁਸੀਂ ਪ੍ਰਾਈਸ ਦੀ ਗੱਲ ਨਹੀਂ ਕਰਦੇ ਆ ਦਿ ਸਿਸਟਮ ਇਜ਼ ਨਾਟ ਗੋਇੰਗ ਟੂ ਵਰਕ ਪੰਜਾਬ ਇਜ਼ ਅ ਕਲਾਸਿਕ ਐਗਜ਼ਾਮਪਲ ਸਾਡੇ ਕੋਲ 11 ਟਨ ਪ੍ਰਤੀ ਹੈਕਟੇਅਰ टन प्रति हैक्टेयर साढ़े पैदावार होंगी है वीट और पैडी की हर साल उसके बावजूद भी पंजाब हैज बिकम ए हॉटस्पॉट ऑफ फार्मर सुसाइड्स टूडे वर्ल्ड हैज एट बिलियन पीपल द वर्ल्ड प्रोड्यूस फूड फॉर फोर्टीन बिलियन पीपल ऑलरेडी जो साक्शन हैगी बाय द एंड ऑफ दिस सेंचुरी ऑलरेडी वी आर प्रोड्यूसिंग मोर फूड दैन वॉट द प्रोजेक्शन ऑफ द पॉपुलेशन वुड बी बाय द एंड ऑफ दिस सेंचुरी क्राइसिस कितने है, century, ओ, uh, के है फिर फूड का 2050 ਵਿੱਚ ਸਾਡੇ ਹਿੰਦੁਸਤਾਨ 'ਚ ਇਹ ਹੋਏਗਾ 2030 ਵਿੱਚ ਇੰਨਾ ਹੋ ਜਾਏਗਾ 올 ਥੀਸ ਡਾਟਾ ਮੈਂ ਇੰਨੇ ਸਾਲਾਂ ਤੋਂ ਪਰਦਾ ਆ ਰਿਹਾ ਹੈਗਾ ਐਂਡ ਵੀ ਆਰ ਬੀਂਗ ਮੇਡ ਟੂ ਬਲੀਵ ਕਿ ਸਾਡੇ 'ਚ ਪੈਦਾਵਾਰ ਨਹੀਂ ਹੁੰਦੀ ਸਾਡੇ ਦੇਸ਼ ਵਿੱਚ ਮੇਰਾ ਇਹ ਕਹਿਣਾ ਕਿ ਨਹੀਂ ਪੈਦਾਵਾਰ ਜਿਹੜੀ ਹੁੰਦੀ ਹੈ ਉਨੀ ਬਹੁਤ ਹੈ ਜੇ ਤੁਸੀਂ ਉਹਨੂੰ ਇਨਕਮ ਤਾਂ ਦੇ ਦਿਓ ਕਿਸਾਨ ਨੂੰ ਉਹ ਤੁਹਾਨੂੰ ਬਾਕੀ ਵੀ ਕਰਕੇ ਦਿਖਾ ਦੇਗਾ ਬਟ ਯੂ ਡੋਨਟ ਵਾਂਟ ਟੂ ਪੇ ਹਿਮ ਐਨ ਇਨਕਮ ਐਂਡ ਯੂ ਡੋਨਟ ਯੂ ਯੂ ਥਿੰਕ ਕਿ ਬੇਵੋ ਦਾ ਸੋਲੂਸ਼ਨ ਜਿਹੜਾ ਹੈਗਾ ਪ੍ਰੋਡਕਟਿਵਿਟੀ ਵਰ ਨਿਕਲ ਆਏਗਾ ਇਹ ਨੈਰੇਟਿਵ ਵੀ ਇੰਡਸਟਰੀ ਨਹੀਂ ਬਣਾਇਆ ਸੀ ਟੀਪ ਦੀ ਰਿਪੋਰਟ April ਵਿੱਚ ਆਂਦੀ ਹੈ ਔਰ ਉਹ ਕਹਿੰਦੀ ਹੈ ਕਿ ਦੁਨੀਆ ਦੀ ਇੰਡਸਟਰੀ ਨੂੰ ਜਿਹੜੀ ਫ੍ਰੀ ਵੀ ਦਿੱਤੀ ਗਈ ਹੈਗੀ ਹੈ that is 7.3 billion sorry 7.3 trillion dollars a year 7.3 trillion dollars ਦੇ ਅਸੀਂ ਉਹਨਾਂ ਨੂੰ natural resources free of cost ਦੇ ਰਹੇ ਹਾਂ ਅਗਰ ਇਹ ਵਿਡਰਾ ਕੀਤਾ ਜਾਏ ਤਾਂ ਜਿੰਨਾ ਵੀ ਪ੍ਰੋਫਿਟ ਤੁਸੀਂ ਦੇਖਦੇ ਹੋ ਕਾਰਪੋਰੇਟ ਦਾ ਹੈਗਾ ਉਹ ਕਲੈਪਸ ਕਰ ਜਾਏਗਾ ਉਹ ਜਿਹੜਾ 7.3 ਟ੍ਰਿਲੀਅਨ ਡਾਲਰ ਹੈਗਾ ਜਿਹੜਾ ਜਾ ਰਿਹਾ ਉਹਨਾਂ ਕੋਲ ਕੰਪਨੀਆਂ ਕੋਲ ਉਹ ਅਸੀਂ ਤੁਸੀਂ ਨੇ ਕਦੀ ਸਵਾਲ ਨਹੀਂ ਕੀਤਾ ਕਿਉਂਕਿ ਦੈਟ ਇਜ਼ ਬੇਸਿਕਲੀ ਆਵਰ ਰਿਸੋਰਸ ਦੈਟ ਇਜ਼ ਬੇਸਿਕਲੀ ਪੀਪਲਸ ਰਿਸੋਰਸ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਚੌਧਰੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ ਉਹ ਕਹਿੰਦੇ ਸੀ ਕਿ ਵੀ ਇੱਕ ਅੱਖ ਜਿਹੜੀ ਹੈਗੀ ਆਪਣੇ ਹੱਲ ਤੇ ਰੱਖ ਤਾ ਦੂਜੀ ਅੱਖ ਦਿੱਲੀ ਤੇ ਰੱਖ ਉਹ ਜਮਾਨਾ ਸੀਗਾ ਜਦ ਦਿੱਲੀ ਵਾਸ ਇੰਪੋਰਟੈਂਟ ਹੁਣ ਤਾਂ ਵਾਸ਼ਿੰਗਟਨ ਤੇ ਵੀ ਤੁਹਾਨੂੰ ਤੀਸਰੀ ਅੱਖ ਰੱਖਣੀ ਪੈਗੀ माई देयर डिस्टिंगस्ट पैनलिस्ट लेडिज जेंटलमैन एंड बच्चे तो चले ही गए मन लगता है बट एनी वे आई थिंक अज का दिन जहरा बहुत इंपॉर्टेंट है बिकॉज आई आई एम श्योर वी ऑल वुड एग्री कि दिस इज़ ए टॉपिक विच और ए सबजैक्ट और एन इशू जो हरेक न मैटर करता है इफेक्ट करता है एंड वी ऑल हैव टू प्ले आर ओन लिटल रोल दैट वी कैन ਔਰ ਸਮਾਜ ਜਿਹੜਾ ਹੈ ਸਚੇਸ਼ ਦਾ ਤਾਂ ਹੀ ਹੈ ਜਦ ਅਸੀਂ ਸ਼ੁਰੂਆਤ ਕਿਤੇ ਕਰਦੇ ਹੈਗੇ ਆਂ ਔਰ ਇਹ ਸੋਚ ਕੇ ਮੈਂ ਜਿਸਾ ਪਹਿਲੇ ਵੀ ਕਹਿ ਰਿਹਾ ਸੀਗਾ ਆਪਾਂ ਨੂੰ ਨਹੀਂ ਸੋchnਾ ਚਾਹੀਦਾ ਕਿ ਅਸੀਂ ਅਗਰ ਇਸ ਹਾਲਚ ਵੀ ਥੋੜੇ ਲੋਕ ਬੈਠੇ ਹੋਏ ਹੈਗੇ ਆਂ ਤੇ ਇਹਦਾ ਮਤਲਬ ਹੈ ਕਿ ਲੋਕਾਂ ਦਾ ਜਿਹੜਾ ਰੁਝਾਵ ਹੈ ਇਸ ਤਰਫ ਨਹੀਂ ਹੈ ਮੇਰਾ ਮੰਨਣਾ ਹੈ ਕਿ ਭਈ ਜਿਹੜੀ ਵੀ ਦੁਨੀਆ ਵਿੱਚ ਵੀ ਬੜੀ ਬੜੀ ਮੂਵਮੈਂਟਸ ਅਲਟੀਮੇਟਲੀ ਹੋਈਆਂ ਹੈਗੀਆਂ ਹੈਗੀਆਂ ਉਨ੍ਹਾਂ ਦੀ ਸ਼ੁਰੂਆਤ ਥੋੜੇ ਲੋਕ ਚੰਦ ਲੋਕ ਹੀ ਕਰਦੇ ਹੈਗੇ ਆ ਸੋ ਆਈ ਥਿੰਕ ਇਟ ਹੈਸ ਟੂ ਸਟਾਰਟ ਫ্রম ਸਮਵੇਅਰ অর ਅਪਾ ਜਿਹੜਾ ਐਫਰਟ ਕਰ ਰਹੇ ਹੈ ਇਟ ਵਿਲ ਡੈਫੀਨਿਟਲੀ ਗੋ ਅ ਲੌਂਗ ਵੇ ਕਿਉਂਕਿ ਜਿੰਨੇ ਕੇਸ ਆਲਾ ਤੋਂ ਮੈਂ ਜਾਣਦਾ ਹੈਗਾ ਪੰਜਾਬ ਵਿੱਚ ਰਹਿਣਾ ਆਇਆ ਹੈ ਇਹ ਵਾਟਰ ਤੇ ਘਟ ਥੋੜਾ ਜਿਹਾ ਇਸ਼ੂ ਕੰਟਾਮਨੇਸ਼ਨ ਤੇ ਪੋਲੂਸ਼ਨ ਤੇ ਕੱਟ ਡਿਸਕਸ਼ਨ ਹੁੰਦੇ ਸੀਗੇ ਹੁਣ ਇਟ ਇਜ਼ ਸੱਚ ਅ ਹਾਰਟਨਿੰਗ ਥਿੰਗ ਟੂ ਸੀ ði पब्लिक एक्शन कमेटी एंड बुद्धा नाला एक्शन फोरम जॉइंटली मेकिंग एन एफर्ट टू ब्रिंगिंग ब्रिंग इट अपल समझ के बड़े प्रयास हो रहे हैं अच्छ सर अपने सैशनस में देख रहा कि बहुत सारे स्पीकरस अपने पोल्यूशन कंटेमीनेशन से इन आसपैक्ट्स से फोकस करो आई डोंट थिंक आई हैव टू गो इन टू दैट लेकिन जो मेरे वास्ते टॉपिक मेरे वास्ते सुजैस किया है बेसिकली वॉटर इन रिलेन टू एग्रीकल्चर फूड एंड एग्रीकल्चर ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇੱਕ ਜਿਹੜੀ ਬਹਿਸ ਦੇਸ਼ ਵਿੱਚ ਚੱਲਦੀ ਹੈ ਉਹ ਪੰਜਾਬ ਦੇ ਕੰਟੈਕਸਟ ਵਿੱਚ ਦੇਖਦੇ ਆ ਤਾਂ ਸਾਰਾ ਦੇਸ਼ ਇੱਕੋ ਹੀ ਚੀਜ਼ ਦੀ ਗੱਲ ਕਰਦਾ ਹੈ ਕਿ ਪੈਡੀ ਦੇ ਫਾਰਮਰਸ ਨੇ बिकॉज़ ਆਫ ਵੀਟ ਐਂਡ ਪੈਡੀ ਕ੍ਰੌਪ ਰੋਟੇਸ਼ਨ ਅਸੀਂ ਪੰਜਾਬ ਦਾ ਜਿਹੜਾ ਹੈਗਾ ਇੱਕ ਰੇਗਿਸਤਾਨ ਬਣਨ ਵੱਲ ਚੱਲੇ ਹੈ ਗਿਆ ਬਹੁਤ ساری ਸਟੱਡੀਜ਼ ਵੀ ਤੇ ਹੋ ਚੁੱਕੀਆਂ ਹੈਗੀਆਂ ਸੈਟਲਾਈਟ ਦੇ ਇਮੇਜਸ ਵੀ ਹੈ ਫਿਊਚਰ ਦੀ ਸਟੱਡੀਜ਼ ਵੀ ਹੈਗੇ ਪ੍ਰੋਜੈਕਸ਼ਨਸ ਵੀ ਹੈਗੇ ਆਲ ਦੋਸ ਥਿੰਗਸ ਆਪਾਂ ਸਭ ਜਾਣਦੇ ਹੈਗੇ ਪਰ ਆ ਜਸਟ ਵਾਂਟ ਟੂ ਪ੍ਰੈਜ਼ੈਂਟ ਟੂ ਥਿੰਗਸ ਬਿਫੋਰ ਯੂ ਜਸਟ ਟੂ ਸਿਨੈਰੀਓਜ਼ ਐਂਡ ਦੈਨ ਆ ਥਿੰਕ ਵੀ ਟੇਕ ਆਫ ਫਰਮ ਥੇ ਕਿ ਅੱਗੇ ਆਪਾਂ ਕਿਸ ਤਰਫ ਚੱਲਣਾ ਚਾਹੁੰਦੇ ਲੀਡ ਕਰ ਰਹੇ ਹ ਉਹਦਾ ਇਮਪਲੀਕੇਸ਼ਨ ਆਉਣ ਵਾਲੇ ਸਾਲਾਂ ਵਿੱਚ ਕੀ ਹੋਏਗਾ ਵਾਈ ਆਮ ਸੇਇੰਗ ਥਿਸ ਇਜ਼ ਕਿ ਕੁਝ ਸਾਲ ਪਹਿਲੇ ਮੈਨੂੰ ਇੱਕ ਮੌਕਾ ਮਿਲਿਆ ਦਿੱਲੀ ਵਿੱਚ ਇੱਕ ਡਿਬੇਟ ਚ ਪਾਰਟਿਸਪੇਟ ਕਰਨ ਦਾ ਉਥੇ ਇੱਕ ਬੜੀ ਮਲਟੀਨੈਸ਼ਨਲ ਕੰਪਨੀ ਹੈ ਹਿੰਦੁਸਤਾਨ ਦੀ ਆਈਟੀਸੀ ਉਹਨਾਂ ਦੇ ਜਨਰਲ ਮੈਨੇਜਰ ਸੀਗੇ ਔਰ ਮੈਂ ਸੀਗਾ ਉਹ ਜਨਰਲ ਮੈਨੇਜਰ ਸਾਹਿਬ ਨੇ ਆਪਣੀ ਪ੍ਰੈਜੈਂਟੇਸ਼ਨ ਚ ਕਿਹਾ ਕਿ ਪਾਣੀ ਸੱਚੇ ਇਸ਼ੂ ਸਮਾਜ ਚ ਲੜਾਈਆਂ ਹੋਣਗੀਆਂ ਥਰਡ ਵਾਰ ਊਡ ਬੀ ਔਨ ਵਾਟਰ ਸੋ ਸਾਡਾ ਸਭ ਦਾ ਕਰਤਵੈ ਹੈਗਾ ਕਿ ਅਸੀਂ ਪਾਣੀ ਬਚਾਈਏ ਵੈਰੀ ਵੈਲ ਸੈਡ ਫਿਰ ਉਹਨਾਂ ਨੇ ਕਿਹਾ ਕਿ ਬਈ ਆਈਟੀਸੀ ਇਸ ਗੱਲ ਨੂੰ ਸਮਝਦੇ ਹੋਏ ਇੱਕ ਉਹਨਾਂ ਨੇ ਇੱਕ ਅੰਡਰ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਗੁਰਗਾਮ ਵਿੱਚ ਕਿ ਜਿਹੜੀਆਂ ਘਰ ਚ ਹੈਲਪਰ ਆਂਦੀਆਂ ਨਾ ਜਿਹੜੀਆਂ ਲੇਡੀਜ਼ ਜਾਂ ਮੇਡ ਸਰਵੈਂਟਸ ਆਂਦੀਆਂ ਹੈਗੀਆਂ ਉੱਚ ਭਾਂਡੇ ਮਾੜ ਦੀ ਹੈਗੇ ਤਾਂ ਉੱਚ ਪਾਣੀ ਨਾ ਵੇਸ਼ ਕਰਾਂ ਆਈ ਵਾਸ ਵੈਰੀ ਅਮਿਊਜ਼ਡ ਕਿ ਤੁਸੀਂ ਇੰਨਾ ਐਫਰਟ ਕਰ ਰਹੇ ਹੋਗੇ ਕਿ ਤੁਸੀਂ ਉਹਨਾਂ ਨੂੰ ਸਿਖਾ ਰਹੇ ਹੋ ਕਿ ਬਈ ਤੁਸੀਂ ਬਾਲਟੀ ਪਾਣੀ ਅਗਰ ਯੂਜ਼ ਕਰਦੇ ਹੋ ਉੱਚ ਬਚਾਓ ਤਾਂ ਕਿ ਤੁਹਾਡਾ ਇੱਕ ਮੱਗ ਬਚ ਜਾਏਗਾ ਤਾਂ ਕਿੰਨੀ ਬੜੀ ਸੇਵਿੰਗ ਹੋਏਗੀ ਐਂਡ ਆਈ ਥਿੰਕ एवरीवन ਬੀ देयर ਵਾਸ ਅ ਹਿਊਜ ਰਾਉਂਡ ਆਫ ਅਪਲਾਸ ਇਨ ਦਟ ਹਾਲ ਜਦ ਉਹਨਾਂ ਨੇ ਕਿਹਾ ਕਿ ਅਸੀਂ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਵਿੱਚ ਅਸੀਂ ਇਹ ਗੱਲ ਕਰ ਰਹੇ ਆ ਜਦ ਮੈਨੂੰ ਬੋਲਣਾ ਮੌਕਾ ਮਿਲਿਆ ਤਾਂ ਮੈਂ ਕਿਹਾ ਕਿ ਮੈਂ ਤਾਂ ਬੜਾ ਹੈਰਾਨ ਹਾਂ ਕਿ ਤੁਸੀਂ ਮਤਲਬ ਇੱਕ ਟ੍ਰੈਡੀਸ਼ਨਲ ਜਿਹੜੇ ਲੋਕੀ ਆਪਣੇ ਭਾਂਡੇ ਮਾਂਦੇ ਆ ਰਹੇ ਐ ਇੰਨੇ ਦਿਨਾਂ ਤੋਂ ਉਹਨਾਂ ਨੂੰ ਤੁਸੀਂ ਸਿਖਾਣ ਜਾ ਰਹੇ ਹੋ ਕਿ ਤੁਸੀਂ ਇੱਕ ਮੱਗ ਪਾਣੀ ਕਿਸ ਤਰ੍ਹਾਂ ਬਚਾਉਣਾ ਹੈਗਾ ਔਰ ਉਹ ਸਿਖਾਣ ਜਾ ਰਹੀ ਹੈ ਜਿਨ੍ਹਾਂ ਦਾ ਆਪਣਾ ਪਾਣੀ ਦਾ ਜਿਹੜਾ ਵੇਸਟੇਜ ਆਏਗਾ 5 ਸਟਾਰ ਹੋਟਲ 'ਚ ਉਹਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਉਹਦੀ ਗੱਲ ਹੀ ਨਹੀਂ ਕਰਦੇ ਆਫਟਰ ਆਲ ਜਿਹੜੇ ਇੰਨੇ ਵੱਡੇ ਵੱਡੇ ਟੱਬ ਲੱਗੇ ਹੁੰਦੇ ਆ ਉਹ ਕਿਸ ਵਾਸਤੇ ਲੱਗੇ ਹੁੰਦੇ ਆ ਉਥੇ ਕਦੀ ਕਿਸੇ ਗੱਲ ਕੀਤੀ ਕਿ ਆਪਣਾ ਇੱਕ ਮੱਗੇ ਬਚਾ ਲਓ ਜਾਂ ਇੱਕ ਬਾਲਟੀ ਬਚਾ ਲਓ ਇਹ ਤਾਂ ਗੱਲ ਕਦੀ ਨਹੀਂ ਹੁੰਦੀ ਗਰੀਬ ਆਦਮੀ ਤੇ ਕਿਉਂ ਆਪਾਂ ਹਰ ਵਾਰੀ ਫੋਕਸ ਕਰਦੇ ਹਾਂ ਕਿ ਇਹ ਹੀ ਰਿਸਪੋਨਸੀਬਲ ਹੈਗਾ ਸਾਰੇ ਕ੍ਰਾਈਸਿਸ ਵਾਸਤੇ ਆਈ ਥਿੰਕ ਦਿ ਮੈਸੇਜ ਜੋ ਮੈਂ ਕਨਵੇ ਕਰਨਾ ਚਾਹੁੰਦਾ ਹਾਂ ਉਹ ਕਿ ਸਾਡੇ ਇੱਕ ਇੱਕ ਫੈਸ਼ਨ ਬਣ ਗਿਆ ਹੈ ਜਾਂ ਸੋਚ ਵਿੱਚ ਕਿਤੇ ਆ ਗਿਆ ਕਿ ਹਰ ਚੀਜ਼ ਜਿਹੜੀ ਹੈਗੀ ਐ ਪ੍ਰੋਬਲਮ ਹੈਗੀ ਉਹਦਾ ਸੋਲੂਸ਼ਨ ਕੌਣ ਹੈ ਗਰੀਬ ਆਦਮੀ ਕਰ ਸਕਦਾ ਉਹਨੂੰ ਠੀਕ ਕਰ ਸਕਦਾ ਹੈਗਾ ਹੁਣ ਤੁਸੀਂ ਇਹ ਇੱਕ ਇੱਕ ਤੁਹਾਡੇ ਸਾਹਮਣੇ ਇੱਕ ਬੜਾ ਕਲੀਅਰ ਮੈਸੇਜ ਹੈ ਕਿ ਤੁਸੀਂ ਬਲੇਮ ਕਰਤਾ ਜਾਂ ਸਿਸਟਮ ਨੇ ਬਲੇਮ ਕਰਤਾ ਕਿ ਵੀ ਉਹ ਜਿਹੜੇ ਬਰਤਨ ਮਾਂਜਣ ਵਾਲੀ ਹੈਗੀ ਹੈ ਅਗਰ ਉਹ ਆਪਣਾ ਇਨੀਸ਼ੀਏਟਿਵ ਲਏ ਤਾਂ ਪਾਣੀ ਬਚਾਅ ਹੋ ਸਕਦਾ ਹੈਗਾ ਮੈਂ ਇੱਕ ਕਾਨਫਰੈਂਸ ਗਿਆ ਯੂਨਾਈਟਿਡ ਨੇਸ਼ਨਸ ਦੀ ਕਾਨਫਰੈਂਸ ਵਿੱਚ ਉੱਥੇ ਉਹਨਾਂ ਦੇ ਡਾਇਰੈਕਟਰ ਜਨਰਲ ਯੂਨਸ ਸੀਸੀ ਦੇ ਬੋਲਦੇ ਆ ਕਿ 97% ਆਫ ਪੈਡੀ ਇਜ਼ ਗਰੋਨ ਇਨ ਏਸ਼ੀਆ ਲੇਕਿਨ ਪੈਡੀ ਇਜ਼ ਵਾਟਰ ਗਾਜ਼ਲਰ ਇਹ ਆਪਾਂ ਸਭ ਜਾਣਦੇ ਆ ਉਹਨਾਂ ਦੇ ਐਵਰੇਜ ਜਿਹੜੀ ਹੈਗੀ ਆ ਉਹ 5000 ਲੀਟਰ ਟੂ ਪ੍ਰੋਡਿਊਸ 1 ਕਿਲੋ ਆਫ ਰਾਈਸ ਇਹ ਵੀ ਸਪਾਸ ਸਬਸਟਡੀਜ਼ ਜਾਣਦੇ ਹੈਗੇ ਹਨ ਹਾਲਾਂਕਿ ਬਹੁਤ ਜਗ੍ਹਾ ਘੱਟ ਹੈਗਾ ਲੇਕਿਨ ਐਨੀਵੇ 5000 ਲੀਟਰ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਅਸੀਂ ਇਸ ਕੰਜ਼ਮਪਸ਼ਨ ਨੂੰ ਜਿਹੜਾ ਵਾਟਰ ਯੂਸੇਜ ਯੂਜ਼ ਐਂਡ ਅਬਿਊਜ਼ ਦੋਨੋਂ ਹੈਗੇ ਆ ਉਹਨੂੰ ਕੰਟਰੋਲ ਨਹੀਂ ਕਰਾਂਗੇ ਔਰ ਇਹ ਵੀ ਉਹਨਾਂ ਨੇ ਇਕਨੋਲਜ ਕੀਤਾ ਕਿ ði ਪਲਾਨੀਟ ਇਜ਼ ਵਨ ði ਪਲਾਨੀਟ ਇਜ਼ ਵਨ ਸੋ ਇਹ ਨਹੀਂ ਕਿ ਅਸੀਂ ਅਮਰੀਕਾ 'ਚ ਬੈਠੇ ਆ ਤਾਂ ਅਸੀਂ ਬੌਦਰ ਨਾ ਕਰੀਏ ਕਿ ਏਸ਼ੀਆ ਵਿੱਚ ਕੀ ਹੋ ਰਿਹਾ ਹੈਗਾ in my presentation i told the director general ki i am so happy ki tusi pehli wari acknowledge karita ki planet is one ਤੁਸੀਂ ਅੱਜ ਤੱਕ ਤਾਂ ਇਹੀ ਮੰਨਦੇ ਆ ਰਹੇ ਸੀ ਕਿ ਪਲੈਨੇਟ ਦਾ ਦੋ ਹਿੱਸੇ ਆ ਚਾਹੀਦਾ ਇੱਕ ਨਾਰਥ ਔਰ ਇੱਕ ਸਾਊਥ ਇੱਕ ਫੂਡ ਪ੍ਰੋਵਾਈਡ ਕਰਦਾ ਇੱਕ ਫੂਡ ਰਿਸੀਵ ਕਰਦਾ ਹੈਗਾ ਜਾਂ ਕਟੋਰਾ ਲੈ ਕੇ ਖੜਾ ਹੁੰਦਾ ਹੈਗਾ ਤੁਸੀਂ ਤਾਂ ਅੱਜ ਤੱਕ ਇਸ ਤਰ੍ਹਾਂ ਡਿਵਾਈਡ ਕਰਦੇ ਆਏ ਔਰ ਅੱਜ ਤੁਸੀਂ ਕਹਿ ਰਹੇ ਹੋ ਕਿ ਪਲੈਨੇਟ ਇਸ ਵਨ ਚਲੋ ਪਾਣੀ ਦਾ ਇਸ਼ੂ ਹੈਗਾ ਪਰ ਮੈਨੂੰ ਇੱਕ ਚੀ ਹੋਰ ਸਮਝ ਨਹੀਂ ਆਂਦੀ ਕਿ ਜਦ ਆਪਾਂ ਕਿਸੇ ਰੈਸਟੋਰੈਂਟ ਚ ਫੂਡ ਜੇ ਕੰਜ਼ਮਪਸ਼ਨ ਬਸ ਜਾਣਨੇ ਆ ਮੀਲ ਵਾਸਤੇ ਜਾਣਨੇ ਹੈਗੇ ਆ ਤਾਂ ਉੱਥੇ ਅਸੀਂ ਜੇਕਰ ਬੀਫ ਆਰਡਰ ਕਰਦੇ ਹੈਗੇ ਜਾਂ ਲਾਈਫਸਟਾਕ ਦਾ ਮੀਟ ਅਸੀਂ ਆਰਡਰ ਕਰਦੇ ਹੈਗੇ ਤਾਂ 100 ਗ੍ਰਾਮ ਬੀਫ ਵਾਸਤੇ 700 100 ਲੀਟਰ ਪਾਣੀ ਚਾਹੀਦਾ ਉਥੇ 1 ਕਿਲੋ ਰਾਈਸ ਵਾਸਤੇ ਅਸੀਂ 5000 ਲੀਟਰ ਕਹਿ ਰਹੇ ਸੀ ਅਗਰ ਇੱਥੇ 1 ਕਿਲੋ ਮੀਟ ਵਾਸਤੇ 7000 ਲੀਟਰ ਪਾਣੀ ਚਾਹੀਦਾ ਹੈਗਾ ਆਈ ਆਲਸੋ ਥੌਟ ਕਿ ਵਿਦ ਪਲੈਨਟ ਇਜ਼ ਵਨ ਜਦ ਪਲੈਨਟ ਵਨ ਹੈਗਾ ਵਾਈ ਸ਼ੁੱਡ ਦਿ ਸੈਕਰੀਫਾਈਸ ਬੀ ਆਲਵੇਜ਼ ਮੇਡ ਬਾਈ ਪੀਪਲ ਇਨ ਦਿ ਸਾਊਥ ਐਂਡ ਪੀਪਲ ਇਨ ਦਿ ਨਾਰਥ ਤੇ ਲਾਈਫ ਸਟਾਈਲ ਨੂੰ ਅਸੀਂ ਡਿਸਟਰਬ ਹੀ ਨਹੀਂ ਕਰਨਾ ਹੈਗਾ ਉਹ ਤਾਂ ਮੰਨ ਕੇ ਚੱਲਦੇ ਕਿ एवरीथिंग ਕੈਨ ਕੈਨ ਗੋ ਰੋਂਗ ਲੇਕਿਨ ਸਾਡਾ ਲਾਈਫ ਸਟਾਈਲ ਨਹੀਂ ਕੰਪਰੋਮਾਈਜ਼ ਹੋਣਾ ਚਾਹੀਦਾ ਹੈਗਾ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਜ਼ ਅਗੇਨ ਸਾਰਾ ਦੁਨੀਆ ਜਿਹੜੀ ਹੈਗੀ ਆ ਬਲੇਮ ਸਾਡੇ ਦਾ ਡਿਵੈਲਪਿੰਗ ਕੰਟਰੀ ਸੇ ਪੰਨੇ ਕਿ ਯੂ ਆਰ ਰਿਸਪੋਨਸੀਬਲ ਫਾਰ ਗਜ਼ਲਿੰਗ ਦੀ ਔਰ ਸਕਿੰਗ ਦੀ ਪਲੈਨਟ ਡਰਾਈ ਬਿਕੋਜ਼ ਆਫ ਯੂਰ ਕ੍ਰੋਪਿੰਗ ਪੈਟਰਨਸ ਐਂਡ ਸੋ ਔਨ ਐਂਡ ਸੋ ਫੋਰ ਇੱਕ ਜਪਾਨ ਦੀ ਮੈਂ ਇੱਕ ਟੀਵੀ ਤੇ ਇੱਕ ਇੰਟਰਵਿਊ ਦੇ ਰਿਹਾ ਸੀਗਾ ਤਾਂ ਮੈਨੂੰ ਕਹਿੰਦੇ ਜੇ ਕਿ ਪੈਡੀ ਜਿਹੜਾ ਹੈਗਾ ਪੰਜਾਬ ਦਾ ਉਹ ਮੀਥੇਨ ਐਡ ਕਰਦਾ ਹੈ ਦੇ ਆ ਲੋਟਸ ਆਫ ਸਟੱਡੀਜ਼ ਮੈਂ ਉਹ ਤਾਂ ਨਹੀਂ ਜਾਣਾ ਚਾਹਨਾ ਐਂਡ ਵੀ ਆਲ ਨੋ ਕਿ ਉਹ ਦੇ ਆਰ ਰਾਈਟ ਸਟੱਡੀਜ਼ ਕਿ ਸਾਨੂੰ ਵਾਰਨ ਕਰਦੀਆਂ ਹੈਗੀਆਂ ਵਿਦ ਆਲ ਦੋਸ ਥਿੰਗਸ ਆਈ ਜਸਟ ਆਸਕ ਥੈਮ ਅ ਕੁਐਸਚਨ ਮੈਂ ਕਹਿੰਦਾ ਜਾਪਾਨ ਵਿੱਚ ਜਿੰਨੀਆਂ ਕਾਫੀ ਮਸ਼ੀਨਸ ਹੈਗੀਆਂ ਯੂ نو ਵੈਨ ਯੂ ਪ੍ਰੈਸ தி ਬਟਨ ਕਾਫੀ ਕੋਰਸ ਜਿਹੜੇ ਹੁੰਦੇ ਕਾਫੀ ਨਿਕਲ ਕੇ ਆਂਦੀ ਹੈਗੀ ਹੈ ਉਹਨਾਂ ਚ ਮੀਥੇਨ ਜ਼ਿਆਦਾ ਪੈਦਾ ਹੁੰਦੀ ਹੈ ਜਿੰਨੀ ਕਿ ਸਾਡੇ ਪੈਡੀ ਵਿੱਚੋਂ ਹੁੰਦੀ ਹੈ ਨੋਬਾਡੀ ਹੈਸ ਟਾਕਡ ਅਬਾਊਟ ਕਿ ਉਹਨਾਂ ਮਸ਼ੀਨਾਂ ਨੂੰ ਬੰਦ ਕੀਤਾ ਜਾਏ ਬਟ ਯੂ ਵਾਂਟ ਟੂ ਸਟਾਪ ਪੈਡੀ ਹੇਅਰ ਮੇਰਾ ਸਬਮਿਸ਼ਨ ਤੁਹਾਡੇ ਸਾਹਮਣੇ ਹੈ ਕਿ ਕੀ ਗੱਲ ਹੈਗੀ ਕਿ ਦੁਨੀਆ ਦਾ ਜਿਹੜਾ ਇੱਕ ਨੈਰੇਟਿਵ ਹੈਗਾ ਉਹ ਅਸੀਂ ਉਹਨੂੰ ਸਮਝ ਨਹੀਂ ਪਾਏ ਜਾਂ ਸਾਨੂੰ ਲੱਗਦਾ ਹੈਗਾ ਕਿ ਭਈ ਥਿਸ ਇਜ਼ ਦਾ ਕਰੈਕਟ ਨੈਰੇਟਿਵ ਕਿਤੇ ਨਾ ਕਿਤੇ ਤਾਂ ਸਾਨੂੰ ਉਹਨੂੰ ਸਰਟਨ ਕਰਨਾ ਪਏਗਾ ਕਿ ਭਈ ਕਿਉਂ ਹੋ ਰਿਹਾ ਹੈਗਾ ਇੱਕ ਵਾਰੀ ਇੱਕ ਐਬੀ ਡਿਸਕਸ਼ਨ ਹੁੰਦੀ ਹੈ ਇੱਕ ਇੰਟਰਨੈਸ਼ਨਲ ਕਾਨਫਰੰਸ ਵਿੱਚ ਕਿ ਭਈ ਟਾਈਮ ਆ ਗਿਆ ਹੈਗਾ ਕਿ ਜਿਹੜੇ ਥਰਡ ਵਰਲਡ ਦੀ ਕੈਟਰ ਹੈਗੀਆਂ ਜਾਂ ਜਿਹੜੇ ਗਊਆਂ ਮੱਝਾਂ ਹੈਗੀਆਂ ਇਹਨੂੰ ਆਪਾਂ ਹੁਣ ਕੱਲ ਕਰ ਦੇ ਜੀਏ ਜਾਂ ਸਲਟਰ ਕਰ ਦੇ ਜੀਏ ਕਿਉਂਕਿ ਇੰਨਾ ਮੀਟ ਅਵੇਲੇਬਲ ਹੈ ਦੁਨੀਆ ਵਿੱਚ ਦੁੱਧ ਔਰ ਮੀਟ ਇੰਨਾ ਅਵੇਲੇਬਲ ਹੈਗਾ ਕਿ ਇਨ੍ਹਾਂ ਗਊਆਂ ਦੀ ਜ਼ਰੂਰਤ ਹੀ ਨਹੀਂ ਹੈਗੀ ਦੇ ਆਰ ਅਨਪ੍ਰੋਡਕਟਿਵ ਐਂਡ ਦੇ ਆਰ ਕੌਜ਼ਿੰਗ ਡ ਜੇ ਨੂੰ ਸਭ ਨੂੰ ਚੀਜ਼ਾਂ ਨੂੰ ਕਰਕੇ ਇੱਕ ਉੱਤੇ ਪਲੇਸ ਕਰੋ ਇੱਕ 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 ਪਲੇਟਫਾਰਮ ਤੇ ਔਰ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਾਰਾ ਜਿਹੜਾ ਪ੍ਰਿਆਸ ਹੈਗਾ ਇਹ ਇਟ ਲੁਕਸ ਕਿ ਬਈ ਐਸ ਇਫ ਸਾਰੀ ਗਲਤੀਆਂ ਜਾਂ ਸਾਰੀ ਰਿਸਪੋਨਸਿਬਿਲਟੀ ਸਾਡੀਆਂ ਹੈਗੀਆਂ ਐਂਡ ਨਾ ਡੋਨਟ ਬੀ ਸਰਪ੍ਰਾਈਜ਼ ਜੇ ਆਪਾਂ ਪੰਜਾਬ ਵਿੱਚ ਗੱਲ ਕਰਦੇ ਹੈਗੇ ਆਈ ਹੈਵ ਫਾਊਂਡ ਐਵਰੀ ਕਾਨਫਰੈਂਸ ਆਈ ਗੋ ਟੂ ਦਿੱਲੀ ਹੋਏ ਅਮਰੀਕਾ ਹੋਏ ਯੂਰਪ ਹੋਏ ਕਿਤੇ ਵੀ ਹੋਏ ਉੱਥੇ ਪੰਜਾਬ ਦੀ ਗੱਲ ਜ਼ਰੂਰ ਹੁੰਦੀ ਹੈ ਕਿ ਦੀ ਕ੍ਰੋਪਿੰਗ ਪੈਟਰਨ ਜਿਹੜਾ ਸੱਕ ਕਰਦਾ ਹੈਗਾ ਪਾਣੀ ਨੂੰ ਐਂਡ ਇਟਸ ਐਨ ਐਗਜ਼ਾਮਪਲ ਕਿ ਬਈ ਦੁਨੀਆ ਨੂੰ ਇਹ ਨਹੀਂ ਕਰਨਾ ਚਾਹੀਦਾ ਠੀਕ ਹੈ ਅਸੀਂ ਮੰਨਦੇ ਹਾਂ ਕਿ ਬਈ ਦੈਟਸ ਐ ਐਗਜ਼ੌਸਟਿਵ ਕਾਈਂਡ ਆਫ ਐ ਕਲਟੀਵੇਸ਼ਨ ਪ੍ਰੈਕਟਿਸ ਜਿਹੜੀ ਸਾਨੂੰ ਉਹ ਤੋਂ ਡਾਈਵਰਸਿਫਾਈ ਕਰਨ ਦੀ ਜ਼ਰੂਰਤ ਹੈ ਹਟਣ ਦੀ ਜ਼ਰੂਰਤ ਹੈ ਬਟ ਲੈਟਸ ਆਲਸੋ ਅੰਡਰਸਟੈਂਡ ਪੰਜਾਬ ਦਾ ਪਾਣੀ ਖਤਮ ਹੋ ਜਾਏਗਾ ਜਿਸ ਤੇ ਕਿੰਨਾ ਪੈੜੀ ਚੱਲਦੀ ਆ ਰਹੀ ਹੈ ਇਹ ਵੀ ਸਮਝਦੇ ਆਂ ਪਰ ਦੁਨੀਆ ਵਿੱਚ ਵੀ ਸਾਨੂੰ ਕਿਹਾ ਜਾਂਦਾ ਕਿ 3rd ਵਾਰ ਵਾਰ 3rd ਵਰਲਡ ਵਾਰ ਵਿਲ ਬੀ ਔਨ ਵਾਟਰ ਇਸ਼ੂ ਇਹ ਵੀ ਸਾਨੂੰ ਸਭ ਨੂੰ ਪੜਾ ਪੜ ਕੇ ਸਾਨੂੰ ਪਹ ਚੱਲਦਾ ਕਿ ਬਈ ਦੁਨੀਆ ਚ ਕਿੰਨਾ ਕਿੰਨਾ ਕਿਆਸ ਹੋ ਰਿਹਾ ਇਸ ਇਸ ਗੱਲ ਦੇ ਪਿੱਛੇ ਯਾ ਜਿਸ ਨਾਲ ਹੁਣ ਕਿਹਾ ਗਿਆ ਕਿ ਬਈ ਕੇਪ ਟਾਊਨ ਵਿੱਚ ਪਾਣੀ ਨਹੀਂ ਹੋਏਗਾ ਨਹਾਉਣ ਵਾਸਤੇ ਆਈ ਥਿੰਕ ਦਿ ਮੈਸੇਜ ਸਾਨੂੰ ਬਹੁਤ ਅੱਛਾ ਮਿਲਦਾ ਹੈਗਾ ਕਿ ਬਈ ਵੀ ਹੈਵ ਟੂ ਸੇਵ ਵਾਟਰ ਇਸੀ ਤੇ ਕਿ ਨਾ ਸਾਨੂੰ ਕਿਹਾ ਜਾਂਦਾ ਸੇਵ એનર્ਜੀ ਉਸੇਵ એનર્ਜੀ ਦੀ ਬਾਤ ਚ ਗੱਲ ਕਰਦੇ ਆ ਪਰ ਲੈਟਸ ਸੇਵ ਵਾਟਰ ਫਰਸਟ ਡੂ ਵੀ ਨੋ ਕਿ ਜਿੰਨਾ ਪਾਣੀ ਅੱਜ ਅਸੀਂ ਇਸਤੇਮਾਲ ਕਰਦੇ ਹੈਗੀਆਂ ਦੁਨੀਆ ਵਿੱਚ ਉਹਨਾਂ ਪਾਣੀ ਸਿਰਫ 5 ਕੰਪਨੀਆਂ ਇਸਤੇਮਾਲ ਕਰਦੀਆਂ ਮੈਂ ਤਾਂ ਕਦੀ ਡਿਬੇਟ ਨਹੀਂ ਦੇਖੀ ਕਿ ਨਾ 5 ਕੰਪਨੀਆਂ ਨੂੰ ਬੋਲੋ ਕਿ ਆਪਣਾ ਇੱਕ ਮੱਗ ਹੀ ਬਚਾ ਲਓ ਕਦੀ ਨਹੀਂ ਕਿਸੇ ਨੇ ਗੱਲ ਕੀਤੀ 5 ਕੰਪਨੀਆਂ ਉਹਨਾਂ ਪਾਣੀ ਇਸਤੇਮਾਲ ਕਰਦੀਆਂ ਹੈਗੀਆਂ ਜਿੰਨਾ ਕਿ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ ਔਰ ਪੰਜ ਕੰਪਨੀਆਂ ਇਹ ਇਕਨੋਮਿਸਟ ਦੀ ਰਿਪੋਰਟ ਹੈ ਔਰ ਪੰਜ ਕੰਪਨੀਆਂ ਦੇ ਨਾਮ ਵੀ ਤੁਹਾਨੂੰ ਮੈਂ ਮੈਂ ਦੋ ਤਿੰਨ ਨਾਮ ਸੁਣਾ ਦਿੰਨਾ ਉਹ ਚ ਇੱਕ ਡਨਨ ਹੈ ਇੱਕ ਬੱਡਵਾਈਜ਼ਰ ਹੈ ਜਿਹੜੀ ਬੀਅਰ ਬਣਾਉਂਦੀ ਹੈਗੀ ਹੈ ਔਰ ਇੱਕ ਉਹਦੇ ਚ ਪੈਪਸਿਕੋਲਾ ਸੀਗੀ ਹੈ ਇਹ ਤਿੰਨ ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ ਆਈ ਥਿੰਕ ਦ ਮੈਸੇਜ ਇਜ਼ ਵੈਰੀ ਕਲੀਅਰ ਅਗਰ ਪੰਜ ਕੰਪਨੀਆਂ ਦੁਨੀਆ 'ਚ ਜਿੰਨਾ ਪਾਣੀ ਕੰਜ਼ੂਮ ਹੋ ਰਿਹਾ ਉਹਨਾਂ ਦੇ ਉਹ ਵੀ ਉਨਾ ਹੀ ਕੰਜ਼ੂਮ ਕਰ ਰਹੇ ਹਨ ਤਾਂ ਸਾਨੂੰ ਡਰਨ ਦੀ ਕੀ ਜਰੂਰਤ ਹੈਗੀ ਅਗਰ ਪਾਣੀ ਦਾ ਕ੍ਰਾਈਸਿਸ ਹੋ ਜਾਂਦਾ ਜਿਵੇਂ ਅਸੀਂ ਥਰਡ ਵਰਲਡ ਵਾਰ ਦੀ ਤਰਫ ਕਹਿੰਨੇ ਹੈਗੇ ਆ ਕਾਂਟ ਵੀ ਆਸਕ ਦੋਸ ਫਾਈਵ ਕੰਟਰੀਜ਼ ਟੂ ਫਾਈਵ ਕੰਪਨੀਆਂ ਟੂ ਸ਼ਟ ਡਾਊਨ ਕਿ ਦੁਨੀਆ ਚ ਆਫਤ ਆ ਜਾਏਗੀ ਜੇ ਆਪਾਂ ਕੋਕਾ ਕੋਲਾ ਨਹੀਂ ਪੀਵਾਂਗੇ ਪੈਪਸੀ ਕੋਲਾ ਨਹੀਂ ਪੀਵਾਂਗੇ ਜਾਂ ਬੀਅਰ ਨਹੀਂ ਪੀਵਾਂਗੇ ਤਾਂ ਕੀ ਆਫਤ ਆ ਜਾਏਗੀ ਦੁਨੀਆ ਵਿੱਚ ਕਿ ਅਸੀਂ ਸੋਚਦੇ ਹਾਂ ਕਿ ਵੀ ਸਾਨੂੰ ਤੀਸਰੀ ਵਰਲਡ ਵਾਰ ਤੇ ਜਾਣਾ ਪਏਗਾ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਸ ਕਿ ਕੀ ਕਾਰਨ ਹੈ ਕਿ ਅਸੀਂ ਵੀ ਲੋਕ ਉਹਨਾਂ ਗੱਲਾਂ ਤੇ ਡਿਬੇਟ ਨਹੀਂ ਕਰਦੇ ਦੋਜ਼ ਹੂ ਆਰ ਕਨਸਰਨਡ ਅਬਾਊਟ ਵਾਟਰ ਐਜ਼ ਅ ਬਿਗਰ ਇਸ਼ੂ ਨਾਓ ਉਹਨਾਂ ਨੂੰ ਦੋ ਜਿਸਾਂ ਚੌਧਰੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ ਉਹ ਕਹਿੰਦੇ ਸੀ ਕਿ ਵੀ ਇੱਕ ਅੱਖ ਜਿਹੜੀ ਹੈਗੀ ਆਪਣੇ ਹਲ ਤੇ ਰੱਖ ਤਾ ਦੂਜੀ ਅੱਖ ਦਿੱਲੀ ਤੇ ਰੱਖ ਉਹ ਜਮਾਨਾ ਸੀਗਾ ਜਦ ਦਿੱਲੀ ਵਾਸ ਇੰਪੋਰਟੈਂਟ ਹੁਣ ਤਾਂ ਵਾਸ਼ਿੰਗਟਨ ਤੇ ਵੀ ਤੁਹਾਨੂੰ ਤੀਸਰੀ ਅੱਖ ਰੱਖਣੀ ਪੈਗੀ ਲੇਕਿਨ ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਸ ਸਾਡਾ ਵੀ ਕੰਮ ਹੋਣਾ ਚਾਹੀਦਾ ਐਜ਼ ਐਨ ਐਕਟਿਵਿਸਟ ਆਲਸੋ ਕਿ ਆਪਾਂ ਇੱਕ ਅੱਖ ਤਾਂ ਆਪਣੇ ਇਸ਼ੂ ਤੇ ਰੱਖੀਏ ਦੂਜੀ ਅੱਖ ਇੰਟਰਨੈਸ਼ਨਲ ਇਸ਼ੂ ਤੇ ਵੀ ਰੱਖੀਏ ਤਾਂ ਕਿ ਅਸੀਂ ਉਹ ਦੇਖ ਬੈਲੈਂਸ ਮੇਨਟੇਨ ਕਰ ਪਾਈਏ ਇੱਕ ਜਿਹੜਾ ਨੈਰੇਟਿਵ ਹੈਗਾ ਉਹਨੂੰ ਅਸੀਂ ਇੱਕ ਠੀਕ ਰਸਤੇ ਤੇ ਲੈ ਕੇ ਆ ਪਈਏ ਮੇਰਾ ਮੰਨਣਾ ਹੈ ਕਿ ਉਹਨਾਂ ਚੋਂ ਅਗਰ ਤੁਸੀਂ ਇੱਕ ਕੰਪਨੀ ਵੀ ਅੱਜ ਬੰਦ ਕਰ ਦਿਓਗੇ ਜਿਹੜੀ ਪੰਜ ਕੰਪਨੀਆਂ ਹੈਗੀਆਂ ਸਾਡੇ ਕੋਲ ਪਾਣੀ ਸਰਪਲਸ ਹੋ ਜਾਏਗਾ ਦਿ ਪੁਆਇੰਟ ਆਈ ਆਈ ਹੋਪ ਆਮ ਏਬਲ ਟੂ ਕਨਵੇ ਲੇਕਿਨ ਕੋਈ ਨਹੀਂ ਬੋਲਦਾ ਕਿਉਂਕਿ ਕਿਸੇ ਦੀ ਹਿੰਮਤ ਹੀ ਨਹੀਂ ਹੁੰਦੀ ਪੰਜ ਕੰਪਨੀਆਂ ਤਰਫ ਇਸ਼ਾਰਾ ਕਰਨ ਦੇ ਅੱਜਕੱਲ ਦੇ ਮਾਹੌਲ ਵਿੱਚ everyone talks about you know anything but the moment you point to a corporate house or a big house sab log darr jande kabhra jande ki nahi je itthe pata nahi assi galat ho gaye hain ya sade upar koi backlash hoega ya troll aayega ya so on and so forth the point i'm trying to make is let us try to understand ki kis tarike ka narrative banaya jaanda hoga aur mera manna hai ki sir agar aapna bhi jab next time peddi te gal kariye please do talk about peddi bahut kuch karne di zaroorat hai ki hai par naal ye bhi kaho ki oh panch companiyan da bhi tu kuch karo sir ਤਾਕੀ ਇੱਕ ਨੈਰੇਟਿਵ ਤਾਂ ਬਣੇ ਕਿ ਨੈਰੇਟਿਵ ਲੋਕਾਂ ਨੂੰ ਸਮਝਦਾ ਆਇਆ ਕਿ ਪੰਜ ਕੰਪਨੀਆਂ ਉਹਨਾ ਪਾਣੀ ਖਾ ਰਹੀਆਂ ਜਿੰਨਾ ਕਿ ਆਪਾਂ ਸਾਰੇ ਜਨਾਬਾ ਕੰਜ਼ੂਮ ਕਰਦੇ ਹੈਗੇ ਸੋ ਦੀ ਸੋਲੂਸ਼ਨ ਇਜ਼ ਨਾਟ ਡਿਫਿਕਲਟ ਦੀ ਓਨਲੀ ਵੇ ਇਜ਼ ਵੀ ਡੋਨਟ ਵਾਂਟ ਟੂ ਲੁੱਕ ਐਟ ਇਟ ਅਸੀਂ ਇੱਥੇ ਕਰਨ ਨੂੰ ਤਾਂ ਤਿਆਰ ਹੈਗੇ ਆਂ ਔਰ ਕਰਨਾ ਵੀ ਜ਼ਾਇਦਾ ਹੈਗਾ ਨਾਊ ਵੈਨ ਆਈ ਸੇ ਕਿ ਵੀ ਆਪਣੇ ਇਨ ਦੀ ਕੇਸ ਆਫ ਪੰਜਾਬ ਦਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਇਹੀ ਸਾਰਾ ਬੜਾ ਇਸ਼ੂ ਹੈ ਇਸ ਸਮੇਂ ਕਿ ਭਈ ਉਹਨੂੰ ਕਿਸ ਤਰ੍ਹਾਂ ਡਾਈਵਰਸਿਫਾਈ ਕੀਤਾ ਜਾਏ ਜੋਲ ਸਾਹਿਬ ਦੀਆਂ ਦੋ ਕਮੇਟੀ ਰਿਪੋਰਟ ਵੀ ਆਈਆਂ ਹੈਗੀਆਂ ਔਰ ਉਹਨਾਂ ਦੇ ਕਮੇਟੀ ਵੀ ਰਿਪੋਰਟ ਵਿੱਚ ਵੀ ਕਿਹਾ ਸੀਗਾ ਕਿ ਭਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੁਝ ਸੁਝਾਅ ਵੀ ਸੀਗੇ ਮੈਨੂੰ ਯਾਦ ਹੈ ਜਿਹੜੀ ਫਰਸਟ ਰਿਪੋਰਟ ਆਈ ਸੀ ਕਿ ਜੋਲ ਸਾਹਿਬ ਦੀ ਤਾਂ ਉਸ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਸੀਗਾ ਐਂਡ ਆਈ ਹੈਡ ਇਵੈਲੂਏਟਡ ਥੈਟ ਰਿਪੋਰਟ ਐਂਡ ਸੀਨ ਕਿ ਭਈ ਉਹਦੇ ਵਿੱਚ ਕੀ ਪਲੱਸ ਐਂਡ ਜੋ ਉਹਨਾਂ ਦੇ ਸੁਜੈਸ਼ਨ ਸੀਗੇ ਉਹ ਕੀ ਸੀਗੇ ਇੱਕ ਉਹਨਾਂ ਦਾ ਇੱਕ ਸੁਜੈਸ਼ਨ ਸੀਗਾ ਜਾਂ ਇੱਕ ਉਹਨਾਂ ਦੀ ਰਿਪੋਰਟ ਵਿੱਚ ਪੁਆਇੰਟ ਜੋ ਮੈਂ ਸ਼ੇਅਰ ਕਰਨਾ ਚਾਹਨਾ ਆਈ ਐਮ ਸ਼ੋਰ ਪੰਨੂ ਸਾਹਿਬ ਊਡ ਨੋ ਬੈਟਰ ਦਨ ਮੀ ਉਹਦੇ ਵਿੱਚ ਇਹ ਕਿਹਾ ਸੀਗਾ ਜੋਲ ਸਾਹਿਬ ਨੇ ਪਹਿਲੀ ਕਮੇਟੀ ਰਿਪੋਰਟ ਵਿੱਚ ਕਿ ਅਗਰ ਅਸੀਂ ਕਿਉਂਕਿ ਡਾਈਵਰਸੀਫਾਈ ਕਰਨਾ ਚਾਹਨੇ ਹਾਂ ਕਿ ਪੈਡੀ ਤੋਂ ਤਾਂ ਪੈਡੀ ਦੇ ਡਾਈਵਰਸੀਫਾਈ ਕਿਸ ਚੀਜ਼ ਕਰਾਂਗੇ ਫਰੂਟਸ ਐਂਡ ਵੈਜੀਟੇਬਲਸ ਵਾਸ ਦੀ ਪ੍ਰੋਮਿਨੈਂਟ ਕੈਟਾਗਰੀ ਜਿਹਦੇ ਵਿੱਚ ਅਸੀਂ ਆਉਣਾ ਹੈਗਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ 1% ਫਰੂਟਸ ਐਂਡ ਵੈਜੀਟੇਬਲ ਦੇ ਪ੍ਰੋਡਕਸ਼ਨ ਪੰਜਾਬ ਵਿੱਚ ਵਧ ਜਾਂਦੀ ਹੈ ਤਾਂ ਇਟ ਵਿਲ ਕਾਜ਼ ਐਨ ਅਨਮੈਰੇਜੇਬਲ ਗਲੱਟ मैं नहीं पता उद्द कि इंपरूवमेंट हो गई कि अगर एक परसेंट बढ़ जाती है तो असं उस गलट न मैनेज कर सकते हैं कि नहीं कर सकते हैं द पॉइंट इज़ कि दैट दैट रिपोर्ट डिड ड्रॉ आर अटेंशन सो तरफ इंफ्रास्ट्रक्चर डिवेलपमेंट या दूजा जरा आप फोकस करना चाहते हैं इन ए करोपिंग पैटर्न और एज ए सोल्यूशन टू द क्राइसिस असं कि उस तरफ अगे बढ़ सकिया है एंड सैकेंडली ऑलसो वी नो कि भाई किसानों एक सब तो बड़ी किसान बेवकूफ नहीं है अगर किसान ने इन्नी रिपोर्ट्स तो इन्ना कुछ कहने के तो बावजूद भी नहीं डायवर्सीफाई किया ਹੈ ਫਰਮ ਪੈਡੀ ਆਈ ਥਿੰਕ देयर इज अ वैलिड रीजन फॉर इट ਜਿਸ ਤਰ੍ਹਾਂ ਆਪਾਂ ਜਾਣਦੇ ਹੀ ਹੈਗੇ ਆ ਕਿ ਭਾਈ ਅਗਰ ਕਿਸਾਨ ਨੂੰ ਅੱਜ ਵੀ ਦੇਖ ਰਿਹਾ ਹੈ ਕਿ ਕਿ ਮੱਕੀ ਦਾ ਭਾਅ ਦੇਖ ਲਓ ਤੁਸੀਂ ਮਸਟਰਡ ਦਾ ਭਾਅ ਦੇਖ ਲਓ ਮਾਰਕੀਟ ਵਿੱਚ ਜਿਸ ਤਰ੍ਹਾਂ ਕਿੰਨਾ ਪ੍ਰਾਈਸਿਸ ਕ੍ਰੈਸ਼ ਹੁੰਦੇ ਪਏ ਹੈਗੇ ਇਸ ਟਾਈਮ ਇਸ ਸਮੇਂ ਵੀ ਐਮਐਸਪੀ ਤੋਂ ਘੱਟ ਮਸਟਰਡ ਦਾ ਦਾਮ ਮਿਲਦਾ ਪਿਆ ਮੱਕੀ ਦਾ ਦਾਮ ਮਿਲਦਾ ਪਿਆ ਹੈਗਾ ਆਬਵੀਅਸਲੀ ਵਾਈ ਵੁੱਡ ਫਾਰਮਰ ਗੋ ਇਨ ਟੂ ਕ੍ਰੌਪ ਜਿੱਥੇ ਉਹਨਾਂ ਅਸ਼ੋਰਡ ਇਨਕਮ ਨਾ ਮਿਲੇ ਜਦ ਆਪਾਂ ਐਜ਼ ਅ ਐਜ਼ ਅ ਏਮਪਲੋਈ ਐਜ਼ ਅ ਸਾਇੰਟਿਸਟ ਅਸੀਂ ਹਰ ਵਾਰੀ ਇਹੀ ਲੜਦੇ ਆ ਕਿ ਸਾਡਾ ਡੀਏ ਕਿੰਨਾ ਬੜਿਆ ਦਾ ਸਾਡੇ ਏਰੀਆ ਕਿੰਨੇ ਬੜੇ ਹੈਗੇ ਗਿਆ ਆਈ ਥਿੰਕ ਫਾਰਮਰ ਆਲਸੋ ਹੈਜ਼ ਹੈਜ਼ ਅ ਜਸਟੀਫਿਕੇਸ਼ਨ ਟੂ ਡਿਮਾਂਡ ਫਾਰ ਫਾਰ ਅ ਲੈਜੀਟਿਮੇਟ ਪ੍ਰਾਈਸ ਯਾ ਰਾਈਟਫੁਲ ਪ੍ਰਾਈਸ ਜੋ ਉਹਨੂੰ ਮਿਲਣਾ ਚਾਹੀਦਾ ਹੈਗਾ ਬਟ ਅਨਫੋਰਚੂਨੇਟਲੀ ਮੈਂ ਦੇਖਣਾ ਕਿ ਸਾਰੀ ਡਿਬੇਟ ਜਿਹੜੀ ਹੈਗੀ ਅਗੇਨ ਇਟਸ ਕਨਸਟਿਊਡ ਇਨ ਅ ਡਿਫਰੈਂਟ ਮੈਨਰ ਕਿ ਅਸੀਂ ਕਹਿੰਦੇ ਹਾਂ ਕਿ ਸਾਨੂੰ ਤਾਂ ਤਨਖਾਹ ਫਿਕਸਡ ਮਿਲੇ ਸਾਨੂੰ ਤਾਂ ਅਗਲੇ ਜਿਹੜੇ 10 ਸਾਲ ਦੇ ਬੈਨੀਫਿਟਸ ਮਿਲਨੇ ਉਹ ਵੀ ਸਾਨੂੰ ਅਸ਼ੋਰ ਹੋ ਜਾਣ ਹੋਣੀ ਲੇਕਿਨ ਕਿਸਾਨ ਨੂੰ ਕਹਿੰਦੇ ਆ ਕਿ ਮਾਰਕੀਟ ਤੇ ਡਿਪੈਂਡੈਂਟ ਹੋਣਾ ਚਾਹੀਦਾ ਮਾਰਕੀਟ ਇਜ਼ ਦ ਬੈਸਟ ਜਜ ਫਾਰ ਦੀ ਪ੍ਰਾਈਸ ਅਗਰ ਮਾਰਕੀਟ ਇਜ਼ ਦ ਬੈਸਟ ਜਜ ਫਾਰ ਦੀ ਕਾਈਂਡ ਆਫ ਪ੍ਰਾਈਸ ਦੈਟ ਦੀ ਫਾਰਮਰ ਗੈਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਦੁਨੀਆ ਵਿੱਚ and i am saying again duniya vich kisi bhi desh vich markets ne kisanan di madad nahi kiti hai and i think the entire scientific community has to focus on this ki tusi productivity 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 badhai jao lekin jab tak tusi price di gal nahi karde ha the system is not going to work punjab is a classic example sade kol 11 ton prati hectare 11 ਟਨ ਪ੍ਰਤੀ ਹੈਕਟੇਅਰ ਸਾਡੇ ਕੋਲ ਪੈਦਾਵਾਰ ਹੁੰਦੀ ਹੈ ਵੀਟ ਔਰ ਪੈਡੀ ਦੀ ਹਰ ਸਾਲ ਉਹਦੇ ਬਾਵਜੂਦ ਵੀ ਪੰਜਾਬ ਹੈਜ਼ ਬੀਕਮ ਅ ਹੌਟ 스ਪੌਟ ਆਫ ਫਾਰਮਰ ਸੁਸਾਈਸਿਡਸ ਇਟਸ ਅ ਕਲੀਅਰ ਮੈਸੇਜ ਕਿ ਜੋ ਇਹ ਅਸੀਂ ਕਹਿੰਦੇ ਜਾਣੇ ਆ ਕਿ ਵੀ ਪ੍ਰੋਡਕਟਿਵਿਟੀ ਵਧਾਓ ਪ੍ਰੋਡਕਟਿਵਿਟੀ ਵਧਾਓ ਅਗੇਨ ਅ ਨੈਰੇਟਿਵ ਅਗੇ ਹਾਸ ਟੂ ਬੀ ਲੁਕਡ ਇਨਟੂ ਕਿ ਵਾਕਈ ਕੀ ਪ੍ਰੋਡਕਟਿਟੀ ਜ਼ਰੂਰਤ ਇਜ਼ ਦੀ ਵਰਲਡ ਸ਼ਾਰਟ ਆਫ ਫੂਡ ਟੂਡੇ लेट्स ਥਿੰਕ ਅਬਾਊਟ ਇਟ ਟੂਡੇ ਦੀ ਵਰਲਡ ਹੈਜ਼ 8 ਬਿਲੀਅਨ ਪੀਪਲ ਦੀ ਵਰਲਡ ਪ੍ਰੋਡਿਊਸਸ ਫੂਡ ਫਾਰ 14 ਬਿਲੀਅਨ ਪੀਪਲ অলরেডি ਜੋ ਸਾਡੀ ਪ੍ਰੋਜੈਕਸ਼ਨ ਹੈਗੀ ਹੈ ਬਾਏ ది ਐਂਡ ਆਫ ਦਿਸ ਸੈਂਚਰੀ ਉਹ অলরেডি ਵੀ ਆਰ ਪ੍ਰੋਡਿਊਸਿੰਗ ਮੋਰ ਫੂਡ ਦੈਨ ਵਾਟ ਦੀ ਪ੍ਰੋਜੈਕਸ਼ਨ ਆਫ ਦੀ ਪੋਪੂਲੇਸ਼ਨ ਊਡ ਬੀ ਬਾਏ ਦੀ ਐਂਡ ਆਫ ਦਿਸ ਸੈਂਚਰੀ ਕ੍ਰਾਈਸਿਸ ਕਿਤੇ ਆਗਾ ਫਿਰ ਫੂਡ ਦਾ ਵਾਈ ਇਸ ਇਟ एवरीवन ਟਾਕਸ ਅਬਾਊਟ ਪ੍ਰੋਡਕਟਿਵਿਟੀ 2050 ਵਿੱਚ ਸਾਡੇ ਹਿੰਦੁਸਤਾਨ ਚ ਇਹ ਹੋਏਗਾ 2030 ਵਿੱਚ ਇੰਨਾ ਹੋ ਜਾਏਗਾ 올 ਦੀਸ ਡਾਟਾ ਮੈਂ ਇੰਨੇ ਸਾਲਾਂ ਤੋਂ ਪਰਦਾ ਆ ਰਿਹਾ ਹੈਗਾ ਐਂਡ ਵੀ ਆਰ ਬੀਂਗ ਮੇਡ ਟੂ ਬੀਲੀਵ ਕਿ ਸਾਡੇ ਚ ਪੈਦਾਵਾਰ ਨਹੀਂ ਹੁੰਦੀ ਸਾਡੇ ਦੇਸ਼ ਵਿੱਚ ਮੇਰਾ ਇਹ ਕਹਿਣਾ ਕਿ ਨਹੀਂ ਪੈਦਾਵਾਰ ਜਿਹੜੀ ਹੁੰਦੀ ਹੈ ਓਨੀ ਬਹੁਤ ਹੈ ਜੇ ਤੁਸੀਂ ਉਹਨੂੰ ਇਨਕਮ ਤਾਂ ਦੇ ਦਿਓ ਕਿਸਾਨ ਨੂੰ ਉਹ ਤੁਹਾਨੂੰ ਬਾਕੀ ਵੀ ਕਰਕੇ ਦਿਖਾ ਦੇਗਾ ਬਟ ਯੂ ਡੋਨਟ ਵਾਂਟ ਟੂ ਪੇ ਹਿਮ ਐਨ ਇਨਕਮ ਐਂਡ ਯੂ ਡੋਨਟ ਯੂ ਯੂ ਥਿੰਕ ਕਿ ਬੀ ਉਹਦਾ ਸੋਲੂਸ਼ਨ ਜਿਹੜਾ ਹੈਗਾ ਪ੍ਰੋਡਕਟਿਵਿਟੀ ਵਰ ਨਿਕਲ ਆਏਗਾ ਇਹ ਨੈਰੇਟਿਵ ਵੀ ਇੰਡਸਟਰੀ ਨਹੀਂ ਬਣਾਇਆ ਸੀਗਾ let us not forget because pesticide fertilizer mechanization all these things require industrial input ude waste ek narrative create kita janda hai unfortunately main jis system to aaya siga utthe bhi sanno ehi padhaya janda siga ki jab tak tusi uh, uh, tractor nal kheti nahi karoge ta todi pragati nahi hovegi par ehi hal hai punjab da dekh lo 1 lakh tractor chahide hage we already have about 5.5 lakh tractors so therefore the symbol of pride one day has become a symbol of suicide nowadays ਨੋਬਡੀ ਇਸ ਟਾਕਿੰਗ ਅਬਾਊਟ ਇਟ ਹੁਣ ਵੀ ਅਸੀਂ ਪੰਜਾਬ ਨੂੰ ਜੰਕ ਯਾਰਡ ਬਣਾਉਣ ਜਾ ਰਹੇ ਹਾਂ ਮਸ਼ੀਨਾਂ ਦਾ ਉਹ ਅੰਡਰ ਦੀ ਪੈਡੀ ਜਿਹੜਾ ਸਟੱਬਲ ਬਰਨਿੰਗ ਨੂੰ ਰੋਕਣ ਵਾਸਤੇ ਯੂ ਆਰ ਪੰਪਿੰਗ ਇਨ ਲੋਟ ਆਫ ਮਸ਼ੀਨਸ ਮਸ਼ੀਨਸ ਮਸ਼ੀਨ ਮਸ਼ੀਨ 15 ਦਿਨ ਉਹਨਾਂ ਦਾ ਪ੍ਰਯੋਗ ਹੋਣਾ ਹੈ ਸਾਰੇ ਸਾਲ ਉੱਤੇ ਖੜੀ ਰਹੇਗੀ ਐਂਡ ਵੀ ਆਰ ਵੈਰੀ ਹੈਪੀ ਬਿਕੋਜ਼ ਉਤਨਾ ਜੀਡੀਪੀ ਵਧਦੀ ਹੈ ਸੀ ਦੀ ਪੁਆਇੰਟ ਵੀ ਨੀਡ ਟੂ ਅੰਡਰਸਟੈਂਡ ਇਸ ਕਿ ਸਾਰੀ ਗੱਲਾਂ ਦਾ ਨਿਚੋੜ ਜਾ ਕੇ ਜੀਡੀਪੀ ਤੇ ਆਉਂਦਾ ਐਂਡ ਆਈ ਥਿੰਕ ਕਾਮਨ ਮੈਨ ਡਸ ਨਾਟ ਅੰਡਰਸਟੈਂਡ ਵਾਟ ਇਜ਼ ਜੀਡੀਪੀ ਜੇ ਮੈਂ ਤੁਹਾਨੂੰ ਪੁੱਛ ਲਵਾਂ ਕਿ ਜੀ ਡੀ ਪੀ ਕੀ ਹੁੰਦੀ ਹੈ ਤਾਂ ਮੈਨੂੰ ਪਤਾ ਹੈ ਤੁਹਾਡਾ ਜਵਾਬ ਮੈਂ ਹਰ ਜਗ੍ਹਾ ਪੁੱਛਣ ਦੀ ਕੋਸ਼ਿਸ਼ ਕਰਦਾ ਜਿੱਥੇ ਮੈਂ ਕਰ ਸਕਦਾ ਉਥੇ ਜਵਾਬ ਮੈਨੂੰ ਮਿਲਦਾ ਹੈ ਸਰ ਜੋ ਜੋ ਡੈਫੀਨੇਸ਼ਨ ਮੈਂ ਵੀ ਪੜ੍ਹੀ ਸੀ ਕਿ ਕਾਲਜ ਯੂਨੀਵਰਸਿਟੀ ਵਿੱਚ ਕਿ ਇਟ ਇਜ਼ ਦੀ ਵੈਲਿਊ ਆਫ ਦੀ ਗ੍ਰੋਸ ਪ੍ਰੋਡਕਟ ਯੂ ਨੋ ਸਰਵਿਸਿਜ਼ ਐਂਡ ਗੂਡਸ ਐਂਡ ਜੋ ਵੀ ਹੈ ਤੁਸੀਂ ਉਹੀ ਕੋਟਾ ਲਗਾ ਕੇ ਜਿਹੜਾ ਤੁਸੀਂ ਪੜ੍ਹਿਆ ਸੀਗਾ ਉਸ ਜ਼ਮਾਨੇ ਦਾ ਉਹ ਮੈਂ ਵੀ ਲਗਾ ਸਕਦਾ ਹਾਂ ਬਟ ਦੀ ਫੈਕਟ ਆਫ ਦੀ ਮੈਟਰ ਇਜ਼ ਵਾਟ ਇਜ਼ ਜੀ ਡੀ ਪੀ ਜੀ ਡੀ ਪੀ ਇਜ਼ ਦੀ ਅਮਾਊਂਟ ਆਫ ਮਨੀ ਦੈਟ ਐਕਸਚੇਂਜ ਇਜ਼ ਹੈਂਡ ਇਨ ਅ ਲੈ ਇਹ ਇਨ ਲੀਗਲ ਹੋਏ ਇਨ ਦ ਐਕਸਚੇਂਜ ਹੁਣ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਮੈਨੂੰ ਯਾਦ ਹੈ ਕਿ ਆਪਣੇ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਸਾਹਿਬ ਨੇ ਇੱਕ ਕਾਨਫਰੰਸ ਵਿੱਚ ਜਿੱਥੇ ਮੈਂ ਵੀ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਨਰਮਦਾ ਪੁੱਤਰ ਹਾਂ ਨਰਮਦਾ ਦੇ ਉੱਪਰ ਉਹਦੇ ਕਾਨਫਰੰਸ ਹੋਈ ਸੀ ਕਿ ਨਰਮਦਾ ਦੇ ਉੱਪਰ ਹੀ ਹੀ ਨੇਮਡ ਆਪਣੇ ਆਪ ਨੇ ਉਹਨਾਂ ਨੇ ਕਿਹਾ ਕਿ ਮੈਂ ਨਰਮਦਾ ਪੁੱਤਰ ਹਾਂ ਬਿਕਾਉਜ਼ ਆਈ ਵਾਸ ਬੋਰਨ ਔਨ ਦੀ ਬੈਂਕਸ ਆਫ ਨਰਮਦਾ ਰਿਵਰ ਗ੍ਰੇਟ ਥਿੰਗ ਔਰ ਮੈਂ ਨਰਮਦਾ ਨੂੰ ਸਾਫ਼ ਰੱਖਣਾ ਚਾਹਨਾ ਹੈਗਾ ਉਹ ਜੋ ਵੀ ਅਸੀਂ ਜੋ ਸੁਣਨੇ ਚਾਹਨੇ ਹੈਗੇ ਜਾਂ ਉਹਨਾਂ ਨੇ ਸਾਰੀ ਪ੍ਰੋਮਿਸ ਕੀਤੀ ਪਰ ਐਂਡ ਵਿੱਚ ਇੱਕ ਗੱਲ ਕਰਦੇ ਕਦੇ ਦੇਖਿੰ ਜਦ ਵਿਕਾਸ ਦੀ ਗੱਲ ਆਂਦੀ ਹੈ ਤਾਂ ਮੈਂ ਕਨਫਿਊਜ਼ ਹੋ ਜਾਂਦਾ ਵਿਕਾਸ ਮਤਲਬ ਜੀ ਡੀ ਪੀ ਮੈਂ ਆਪਣੀ ਪ੍ਰੈਜੈਂਟੇਸ਼ਨ ਚ ਕਿਹਾ ਕਿ ਸਰ ਮੈਂ ਦਾ ਵਿਕਾਸ ਦਾ ਤੁਹਾਨੂੰ ਜਵਾਬ ਦੇਣਾ ਹੈ ਪਰ ਹੈਪਸ ਇਟ ਵਿਲ ਹੈਲਪ ਯੂ ਜੇ ਤੁਸੀਂ ਵਿਕਾਸ ਕਰਨਾ ਚਾਹੁੰਦੇ ਹੋ ਨਾ ਤਾਂ ਨਦੀ ਨੂੰ ਤੁਸੀਂ ਗੰਦਾ ਕਰੋ ਜਿੰਨਾ ਤੁਸੀਂ ਨਦੀ ਨੂੰ ਗੰਦਾ ਕਰੋਗੇ ਉਹਨਾਂ ਤੁਹਾਡਾ ਵਿਕਾਸ ਜ਼ਿਆਦਾ ਹੋਏਗਾ ਨਾ ਡੋਨਟ ਗੈਟ ਮੀ ਰੋਂਗ ਉਹਦਾ ਤਰੀਕਾ ਇਹ ਹੈ कि पहले तुसी इंडस्ट्री लगाई जेडी पोलटिंग इंडस्ट्री जेड़ा बुद्धा नाला दे आसपास या लुधियाणे च आपा इंडस्ट्री लगाई है ओ जीडीपी बढ़ गई जबो जीडीपी बढ़ गई तो पोल्यूशन जेड़ा आया गंदा नाला होया ਤੁਹਾਡਾ ਤੁਸੀਂ ਕਹਿ ਹੀ ਰਹੇ ਹੋਗੇ ਕਿ ਬਈ ਇਹ ਤਾਂ ਇਟ ਇਜ਼ ਅ ਕਾਈਂਡ ਆਫ ਜਿਹੜਾ ਕਾਲਾ ਪਾਣੀ ਦੀ ਸਜਾ ਤੇ ਇੱਥੇ ਲੋਕਾਂ ਨੂੰ ਮਿਲ ਰਹੀ ਹੈਗੀ ਹੈ ਤਾਂ ਕਾਲਾ ਪਾਣੀ ਹੋ ਗਿਆ ਹੈਗਾ ਫਿਰ ਤੁਸੀਂ ਉਹਨੂੰ 1000 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਓਗੇ ਸਾਫ ਕਰਨ ਵਾਸਤੇ ਉਹ ਜੀਡੀਪੀ ਫਿਰ ਬਣ ਗਈ ਜਦ ਤੁਸੀਂ ਉਹ ਪਾਣੀ ਪੀਂਦੇ ਹੋ ਬੁੱਧਰ ਨਾਲਾ ਦਾ ਤਾਂ ਆਬਵੀਅਸਲੀ ਯੂ ਫਾਲ ਸਿਕ ਹਾਂਜੀ ਤੁਸੀਂ ਡਾਕਟਰ ਕੋਲ ਗੋਏ ਡਾਕਟਰ ਨੇ ਫੀਸ ਲਈ ਤੁਸੀਂ ਫੀਸ ਦਿੱਤੀ ਜੀਡੀਪੀ ਫਿਰ ਬਣ ਗਈ ਤਾਂ ਤਿੰਨ ਵਾਰੀ ਤੁਸੀਂ ਗੰਦਾ ਨਾਲਾ ਕਰਦੇ ਹੋ ਨਾਲਾ ਨਦੀ ਗੰਦੀ ਕਰਦੇ ਹੋ ਤਾਂ ਤੁਹਾਡੀ ਜੀਡੀਪੀ ਤਿੰਨ ਵਾਰ ਵਧ ਜਾਂਦੀ ਹੈ ਸੋ ਪੋਲਿਸੀ ਮੇਕਰਸ ਹੈਵ ਨੋ ਇੰਟਰਸਟ ਉਹ ਤਾਂ ਜੀਡੀਪੀ ਬੜਾਣੀ ਚਾਹੁੰਦੇ ਸਾਰੇ ਕਿਸੇ ਨੂੰ ਕੋਈ ਤਾਂ ਹੀ ਤੁਸੀਂ ਦੇਖਦੇ ਹੋ ਕਿ ਭਈ ਇੱਕ ਵਾਰੀ ਕੋ ਚੀਫ ਮਿਨਿਸਟਰ ਬੋਲ ਆਂਦਾ ਕਿ ਭਈ ਅਸੀਂ ਇਸ 슈ਗਰ ਮਿਲ ਤੋਂ ਪੋਲੂਸ਼ਨ ਨਹੀਂ ਹੋਣ ਦੇਵਾਂਗੇ ਉਹਦੇ ਬਾਅਦ ਉਹਦੇ ਉੱਪਰ ਗੱਲ ਹੀ ਨਹੀਂ ਹੁੰਦੀ ਕਦੀ Because nobody wants to touch that, you know, that investment GDP has So we believe in that. My submission that let us look beyond that and to see where does it narrow down to. اگر آپ دنیا ਦਾ کلائمیٹ چینج ਵੀ ਹੋ ਰਿਹਾ ਹੈਗਾ ਉਹ ਵੀ ਜੀਡੀਪੀ ਇਜ਼ ਅ బిگੈਸਟ ਪਲੇਅਰ ਇਨ दैट ਕਲਾਈਮੇਟ ਚੇਂਜ ਲੇਕਿਨ ਉਹਨਾਂ ਨੂੰ ਵੀ ਚੇਂਜ ਕਰਨ ਵਾਸਤੇ ਜਾਂ ਬੋਲਣ ਵਾਸਤੇ ਹੁਣ ਕੁਝ ਲੋਕੀ ਦੁਨੀਆ ਵਿੱਚ ਹਿੰਮਤ ਕਰ پا ਰਹੇ ਹੈ ਜੋ ਚੈਲੰਜ ਕਰ ਰਹੇ ਹੈ ਕਿ ਇਕਨੋਮਿਕ ਗਰੋਥ ਇਜ਼ ਦੀ ਮੇਨ ਰੀਜ਼ਨ ਫਾਰ ਦੀ ਫਾਰ ਦੀ ਕਲਾਈਮੇਟ ਡਿਬੈਕਲ ਜਿਹੜਾ ਦੁਨੀਆ ਚ ਫੇਸ ਹੋ ਰਿਹਾ ਹੈਗਾ ਸੋ ਇਹ ਅੱਛੀ ਗੱਲ ਹੈ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇ ਜਿਹੜੇ ਉਹ ਗੱਲ ਕਹਿ ਰਹੇ ਉਹ ਆਪਾਂ ਵੀ ਕਰ ਸਕਦੇ ਹੈਗਾ आई थिंक ईच वन ऑफ अस ऑलसो हैज़ ए रिसपॉोंसीबिली ये कि सिर्फ जो तो फोकस है इसी रिवर के नाल खत्म हो जाएगा या तो सोचो कि दुनिया साफ हो जाएगी नहीं बिकॉज जब तक असी जिथे जेनेसिस हैगा जिथे कर जिथे वह मेन रीजन हैगा उन्होंने असी टैकल करना नहीं चाहवागे या नहीं असी असर एफर्ट नाल और ये ना सोचो कि भी थोड़े तो एफर्ट ना गल नहीं जाती हैगी मेरा मानना है कि, कि हरेक आदमी का वो किसी ने किया शाहरुख खान ने भी एक पिक्चर से किया है कि अगर आप एक बार अच्छी नीयत से सोच लो तो सारी कायनात उसके ऊपर काम करना चाहती है और वो करेगी उसके ऊपर मैं उस गल्च विश्वास करना कि भाई तुम अपनी एक छोटी जी गल भी करोगे सेंसीबल कोई भी गल करोगे तो वोद एक एनवायरमेंट बिल्डअप होता है एंड वी सी टू इट कि भाई द चेंज दैट वी आर एस्पायरिंग कि दुनिया होए वो उद्देश ही होएगी नाउ कपल ऑफ थिंग्स बिफोर आई यू नो लीव दिस डायस <coughs> agriculture ਵਿੱਚ ਸਾਨੂੰ ਕੀ ਕਰਨ ਦੀ ਜ਼ਰੂਰਤ ਹੈਗੀ ਹੈ ਪੰਜਾਬ ਵਿੱਚ ਬਹੁਤ ساری ਗੱਲਾਂ ਆਪਾਂ ਸੁਣੀਆਂ ਹੋਈਆਂ ਮੈਂ ਉਹਨਾਂ ਨੂੰ ਰਿਪੀਟ ਕਰਾਂਗਾ ਇਟ ਇਟ ਵੋਂਟ ਬੀ ਪਰਫੈਕਟ ਲੇਕਿਨ ਫਿਰ ਵੀ ਆਈ ਥਿੰਕ देयर इज नो अदर ਚੋਇਸ ਕਿਉਂਕਿ ਪਹਿਲੀ ਗੱਲ ਤਾਂ ਹੈ ਕਿ ਸਾਰਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਮੈਨੂੰ ਲੱਗਦਾ ਹੈ ਕਿ ਅੱਗੇ ਤੋਂ ਆਪਾਂ ਜਦ ਵੀ ਕੋਈ ਸਾਇੰਟਿਫਿਕ ਜਦ ਵੀ ਕੋਈ ਵੈਰਾਈਟੀ ਰੀਲੀਜ਼ ਕਰਦੇ ਹੈਗੇ ਸਾਇੰਟਿਫਿਕ ਸਿਸਟਮ ਦੇ ਵਿੱਚੋਂ ਤਾਂ ਆਈ ਥਿੰਕ ਵੀ ਸ਼ੁੱਡ ਆਲ ਬੀ ਲੁਕਿੰਗ ਐਟ ਇਟਸ ਵਾਟਰ ਕੰਜ਼ਮਪਸ਼ਨ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਅਜ ਤੱਕ ਪ੍ਰੋਡਕਟਿਵਿਟੀ ਦੀ ਗੱਲ ਕੀਤੀ ਹੈ ਬਟ ਵੀ ਹੈਵਨਟ ਟਾਕਡ ਅਬਾਊਟ ਵਾਟਰ ਕੰਜ਼ਮਪਸ਼ਨ ਔਰ ਵਾਟਰ ਕੰਜ਼ਮਪਸ਼ਨ ਜਦ ਤੱਕ ਅਸੀਂ ਰਿਲੇਟ ਨਹੀਂ ਕਰਾਂਗੇ ਆਈ ਥਿੰਕ ਕਿ ਦੈਟ ਇਜ਼ ਸਮਥਿੰਗ ਵੀ 올 ਮਸਟ ਅੰਡਰਸਟੈਂਡ ਸਪੈਸ਼ਲੀ ਇਨ ਦੀ ਕੰਟੈਕਸਟ ਆਫ ਜਦ ਮੈਂ ਆਮੈਂਡ ਪਲਾਂਟ ਬੀਲਡਰ ਬਾਈ ਟ੍ਰੇਨਿੰਗ ਮੈਂ ਵੀ ਥੋੜੀ ਸਮਝਦਾ ਹਾਂ ਕਿ 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 ਸਾਇੰਟੀਫਿਕ ਰਿਸਰਚ ਹੁੰਦੀ ਹੈ ਬਰੀਡਿੰਗ ਕਿਸ ਗੱਲ ਤੇ ਕਰਦੇ ਹੈਗੇ ਆ ਬਟ ਲੈਟਸ ਬੀ ਵੈਰੀ ਕਲੀਅਰ ਜਦ ਅਸੀਂ ਬਰੀਡਿੰਗ ਕਰਦੇ ਹੈਗੇ ਆ ਤਾਂ ਵੀ ਆਰ ਐਕਚੁਅਲੀ ਲੁਕਿੰਗ ਫਾਰ ਹਾਇਰ ਪ੍ਰੋਡਕਟਿਵਿਟੀ ਜੋ ਅਸੀਂ ਕੋਸ਼ਿਸ਼ ਨੇ ਅਸੀਂ ਦੇਖਦੇ ਨਿਊਟ੍ਰੀਸ਼ਨ ਫਾਲ ਹੁੰਦਾ ਹੈ ਸੋ ਥਿਸ ਇਜ਼ ਸਮਥਿੰਗ ਦੈਟ ਵੀ ਆਲ ਨੋ ਬਟ ਮਨ ਲੱਗਦਾ ਕਿ ਉਹ ਨਿਊਟ੍ਰੀਸ਼ਨਲ ਫਾਲ ਹੈਗਾ ਉਹਨੂੰ ਕਈ ਤਰੀਕੇ ਨਾਲ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਆ ਫੋਰਟੀਫਿਕੇਸ਼ਨ ਇਜ਼ ਵਨ ਆਫ ਥੈਮ ਐਂਡ ਆਮ ਗਲੈਡ ਅਗਰ ਤੁਸੀਂ ਅੱਜ ਇੱਕ ਰਿਪੋਰਟ ਦੇਖੋ ਇਟ ਹਸ ਕਮ ਆਊਟ ਇਟ ਹੈ ਸ਼ੌਕਡ ਦੀ ਨੇਸ਼ਨ ਕਿ ਜਿਹਨੂੰ ਪੰਜਾਬ ਸਰਕਾਰ ਵੀ ਪੁਸ਼ ਕਰ ਰਹੀ ਹੈ ਐਸ ਫੋਰਟੀਫਿਕੇਸ਼ਨ ਐਸ ਐਸ ਅ ਸੋਲੂਸ਼ਨ ਉਹ ਕਹਿੰਦਾ ਕਿ ਉਹਦੇ ਜਿਹੜੇ ਪ੍ਰੋਜੈ ਜਿਹੜੇ ਉਹਨੇ ਪਾਇਲਟ ਪ੍ਰੋਜੈਕਟ ਕਰਨੇ ਸੀਗੇ ਉਹੀ ਨਹੀਂ ਹੋਏ ਸੀਗੇ ਐਂਡ ਯੈਟ ਇਟ ਵਾਸ ਪੁਸ਼ਡ ਐਂਡ ਯੈਟ ਦੀ ਐਂਟਾਇਰ ਸਿਸਟਮ ਗੋਜ਼ ਔਨ ਐਪਰੀਸ਼ੀਏਟਿੰਗ ਕਿ ਫੋਰਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਇਹ ਜਿਹੜਾ ਸਾਡੇ ਮਾਈਂਡਸੈਟ ਬਣ ਚੁੱਕਿਆ ਹੈ ਨਾ ਕਿ ਇਹ ਤਰੀਕੇ ਸਾਡੇ ਨਾਲ ਬਹੁਤ ਜ਼ਰੂਰੀ ਹੈਗੇ ਆ ਆਈ ਥਿੰਕ ਉਹਨਾਂ ਨੂੰ ਵੀ ਕਦੀ ਅਸ ਦੇਖਣ ਦੀ ਕੋਸ਼ਿਸ਼ ਕਰੀਏ ਕਿ ਆਰ ਦੇ ਦੀ ਰਾਈਟ ਵੇ ਫਾਰਵਰਡ ਔਰ ਨਾਟ ਔਰ ਆਰ ਵੀ ਐਡਿੰਗ ਔਨ ਟੂ ਦੀ ਪ੍ਰੋਬਲਮਸ ਮੈਂ ਪਾਣੀ ਦੀ ਗੱਲ ਸਿਰ ਕਰ ਰਿਹਾ ਸੀਗਾ ਕਿ ਜਦ ਅਸੀਂ ਬਰੀਡਿੰਗ ਕਰਦੇ ਹੈਗੇ ਆ ਤਾਂ ਵੀ ਮਸਟ ਨਾਓ ਆਲਸੋ ਟਰਾਈ ਟੂ ਅਸਰਟੇਨ ਕਿ ਉਹ ਪਾਣੀ ਦੀ ਰਿਕੁਆਇਰਮੈਂਟ ਕਿੰਨੀ ਹੈ ਫੋਰ ਇਨਸਟੈਂਸ ਇਫ ਯੂ ਲੁੱਕ ਇਨ ਟੂ ਹਾਈਲਡਿੰਗ ਵੈਰਾਈਟੀਆਂ ਆਫ ਲੈਟਸ ਸੇ ਪੈਡੀ ਐਂਡ ਦੀ ਹਾਈਬ੍ਰਿਡ ਵੈਰਾਈਟੀਆਂ ਆਫ ਪੈਡੀ ਦੋਨਾਂ ਦੀ ਪਾਣੀ ਦੀ ਕੰਜ਼ਮਪਸ਼ਨ ਦਾ ਕਿੰਨਾ ਫਰਕ ਹੈ ਆਈ ਥਿੰਕ ਸਾਇੰਟਿਸਟ ਕੈਨ ਟੈਲ us ਜਦ ਤੁਸੀਂ ਹਾਈਬ੍ਰਿਡ ਪ੍ਰਮੋਟ ਕਰਦੇ ਹੋ ਤੇ ਯੂ ਆਰ ਐਕਚੁਅਲੀ ਪ੍ਰਮੋਟਿੰਗ ਹਾਇਰ ਵਾਟਰ ਕੰਜ਼ਮਪਸ਼ਨ ਆਲਸੋ ਔਰ ਉਹ ਵਾਟਰ ਕੰਜ਼ਮਪਸ਼ਨ ਬੜਾ ਅਫਸੋਸ ਹੈ ਕਿ ਸਾਡੇ ਪੰਜਾਬ ਵਿੱਚ ਤਾਂ ਅਸੀਂ ਹਾਈਲਡਿੰਗ ਵੈਰਾਈ ਲਗਾਣੇ ਹੈਗੇ ਆ ਇੰਪਰੂਵਡ ਵੈਰਾਈਜ਼ ਲਗਾਣੇ ਹੈਗੇ ਆ ਇਫ ਯੂ ਗੋ ਟੂ ਸਦਰਨ ਇੰਡੀਆ ਉਥੇ ਹਾਈਬ੍ਰਿਡ ਲੱਗਦੀ ਆ ਹਾਈਬ੍ਰਿਡ ਰਾਈਸ ਹਾਈਬ੍ਰਿਡ ਸੌਰਗਮ ਹਾਈਬ੍ਰਿਡ ਕਾਟਨ ਹਾਈਬ੍ਰਿਡ ਵੈਜੀਟੇਬਲਸ ਮਤਲਬ ਹਰ ਚੀਜ਼ ਉੱਥੇ ਹਾਈਬ੍ਰਿਡ ਲੱਗਦੀ ਹੈਗੀ ਹੈ ਇਨ ਦੋਸ ਏਰੀਆਜ਼ ਵੇਅਰ ਯੂ ਰਿਕੁਆਇਰ ਟੂ ਸੇਵ ਵਾਟਰ ਵੇਅਰ ਐਕਚੁਅਲੀ ਬ੍ਰਿੰਗਿੰਗ ਇਨ ਦੋਸ ਸੀਡਸ ਵਿਚ ਰਿਕੁਆਇਰ ਮੋਰ ਵਾਟਰ ਇਹ ਸਿਸਟਮ ਚੱਲਦਾ ਆ ਰਿਹਾ ਐਂਡ ਨੋਬਾਡੀ ਵਿਲ ਪੁਆਇੰਟ ਟੂ ਇਟ ਬਿਕਾਜ਼ ਯੂ ਕਿ ਤੁਹਾਨੂੰ ਪਹਿਲੇ ਮੈਂ ਕਹਿ ਰਿਹਾ ਸੀ ਕਿ ਜੀਡੀਪੀ ਵਧਦੀ ਹੈ ਯੂ نو एवरीवन ਇਜ਼ ਹੈਪੀ ਕਿ ਬਈ ਇਹ ਕੰਪਨੀਆਂ ਦਾ ਜਿੰਨਾ ਆਉਟਪੁੱਟ بڑੇਗਾ ਜਾਂ ਸੇਲ ਜਿੰਨੀ ਹੋਏਗੀ ਉਹਨਾਂ ਉਹ ਜੀਡੀਪੀ ਵਿੱਚ ਐਡ ਹੁੰਦੀ ਹੈ ਸੋ ਵੀ ਆਰ ਆਵਰ ਇੰਟਰਸਟ ਇਜ਼ ਓਨਲੀ ਟੂ ਸੀ ਇਨਵੈਸਟਮੈਂਟ ਕਿੰਨੀ ਆਈ ਹੈ ਉਹਨਾਂ ਦਾ ਜੀਡੀਪੀ ਦਾ ਕਿੰਨਾ ਇਜ਼ਾਫਾ ਹੋਇਆ ਬਟ ਵੀ ਆਰ ਨਾਟ ਲੁਕਿੰਗ ਇਨਟੂ ਇਟ ਕਿ ਸਾਡਾ ਜਿਹੜਾ ਰੇਗਿਸਤਾਨ ਹੈ ਹਿੰਦੁਸਤਾਨ ਦਾ ਉਹ ਜਿਹੜੇ ਰੇਨਫੈਡ ਏਰੀਆਜ਼ ਹੈ ਕਿ ਨਾਟ ਰੇਗਿਸਤਾਨ ਬਟ ਰੇਨਫੈ as far as agriculture cropping system is concerned i think we'll have to relook at that particular aspect o ta unna de gallan te ho gaya lekin even otherwise we will have to see ki saada jada pani di ek state di ya dooji state di requirement de hisab nal o kinna kariye lekin let us not go on complete uh, you know uh, replicating that mistake again and again hun dekho na punjab vich ta sanno pata hai ki pehle pani hunda siga je pani hunda siga apa paddy te jor ditta पैडी ने पंजाब का की हाल करता है सब अपना जानते हैं हूँ असं कहने की पैडी विल बी ग्रोन इन द नॉर्थ ईस्ट क्या नॉर्थ ईस्ट नहीं प्रॉब्लम चाहेगा लेकिन सो पॉलिसी एज ए वायर भी सो एक्साइट अबाउट इट कि भी पंजाब का प्रॉब्लम असी ट्रांसलोकेट करता है इन नॉर्थ ईस्ट सो वी आर हैप्पी वी आर नॉट वी शुड नॉट भी हैप्पी बिकॉज पलैनट एज द डायरैक्टर जनरल ऑफ यू एन एस सी सी यू एन एस एस सी हैड सैड कि पलैनट इज़ वन सो हिंदुस्तान भी तो एक है ना let us try to see we don't replicate the same mistake from one state to the another state so e e bhi sanu apne policies nu redraw karna payega jithan tusi keh rahe si ki pani de requirement te ki hona chahida huga and uh, also let us not uh, forget ki jad apan e sara kuch karde hageya ta ik factor jehda ki dr johl bahut saal to bolde aa rahe sige ki jad assi apna paddy aur wheat export karde haan te we literally export water ਪਰ ਕਦੀ ਨਹੀਂ ਮੈਂ ਦੇਖਿਆ ਕਿ ਇਸ ਚਰਚਾ ਨੂੰ ਇਸ ਲੈਵਲ ਤੇ ਅਸੀਂ ਲੈ ਕੇ ਆਈਏ ਕਿ ਬਈ ਵਾਈ ਔਰ ਹਾਊ ਵੀ ਕੈਨ ਕੰਟਰੋਲ दैट ਸਿਚੁਏਸ਼ਨ ਕਿ ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ ਇੱਕ ਤਰਫ ਤੋਂ ਤੁਸੀਂ ਕਹਿੰਦੇ ਹੋ ਕਿ ਪੈਡੀ ਤੁਹਾਡਾ ਜਿਹੜਾ ਹੈਗਾ ਪਾਣੀ ਖਾ ਰਹੀ ਹੈ ਔਰ ਪੈਡੀ ਬਲਕ ਆਫ ਇਟ ਅਸੀਂ ਜਾਣਦੇ ਹਾਂ ਕਿ ਪੰਜਾਬ ਚ ਘੱਟ ਕੰਜ਼ਮਪਸ਼ਨ ਹੁੰਦੀ ਹੈ ਬਲਕ ਆਫ ਇਟ ਇਜ਼ ਗੋਇੰਗ ਆਊਟਸਾਈਡ ði ਸਟੇ ਟੂ ਯੂ ਆਰ ਲਿਟਰਲੀ ਐਕਸਪੋਰਟਿੰਗ ਵਾਟਰ ਔਰ ਲਿਟਰਲੀ ਐਕਸਪੋਰਟਿੰਗ ਵਾਟਰ ਤੇ ਇੰਨੇ ਸਾਲਾਂ ਤੋਂ ਅਸੀਂ ਇੱਕ ਗੱਲ ਸੁਣਦੇ ਆ ਰਹੇ ਕਿ ਇੰਨਾ ਪਾਣੀ ਐਕਸਪੋਰਟ ਹੋ ਰਿਹਾ ਬਟ ਵੇਅਰ ਇਜ਼ ði ਡਿਬੇ ਦੈਟ ਕਿ ਵੀ ਆਪਾਂ ਪੰਜਾਬ ਜਿਹੜਾ ਹੈਗਾ ਉਹ ਨਹੀਂ ਭੇਜੇਗਾ ਉਹ ਅਗੇਨ ਬਿਕੋਜ਼ ਵੀ ਥਿੰਕ ਕਿ ਪੰਜਾਬ ਵਾਸਤੇ ਉਹੀ ਇੱਕ ਰੈਵਨਿਊ ਦਾ ਸੋਰਸ ਹੈਗਾ ਐਂਡ ਸੋ ਵੀ ਆਰ ਵੈਰੀ ਐਕਸਾਈਟਿਡ ਅਬਾਊਟ ਕਿ ਉਹਨੋ ਬੜਾ ਕੈਸੇ ਕਰਨਾ ਹੈਗਾ ਬਟ ਆਈ ਥਿੰਕ ਮੇਰਾ ਸਿਰਫ ਇਹ ਕਹਿੰਦਾ ਸੀਗਾ ਕਿ ਇਨ ਟੋਟੈਲਿਟੀ ਅਗਰ ਅਸੀਂ ਇੱਕ ਹੋਲਿਸਟਿਕ ਤਰੀਕੇ ਨਾਲ ਅਗਰ ਅਸੀਂ ਆਪਣੀ ਪਾਲਿਸੀਜ਼ ਨੂੰ ਰੀਡਰਾ ਕਰੀਏ ਤਾਂ ਪਰਹੈਪਸ ਵੀ ਊਡ ਬੀ ਏਬਲ ਟੂ ਗੈਟ ਆਊਟ ਆਫ ਥਿਸ ਕ੍ਰਾਈਸਿਸ ਦੈਟ ਵੀ ਆਰ ਆਲਰੇਡੀ ਇਨ ਲੇਕਿਨ ਸਭ ਤੋਂ ਬੜੀ ਗੱਲ ਇਹ ਹੈਗੀ ਕਿ ਬੇ ਲੈਟ ਅਸ ਐਕਸੈਪਟ ਵੈਰੀ ਕਲੀਅਰਲੀ ਕਿ ਜਿਹੜਾ ਇਕਨੋਮਿਕ ਡਿਜ਼ਾਈਨ ਹੈਗਾ ਦੁਨੀਆ ਦਾ ਇਟ ਇਜ਼ ਬੇਸਡ ਔਨ ਐਕਸਪਲੋਇਟੇਸ਼ਨ ਆਫ natural resources. ਹੁਣ ਇੱਕ ਲੇਟੈਸਟ ਯੂਐਨ ਦੀ ਟੀਬ ਦੀ ਸਟੱਡੀ ਆਈ ਹੈਗੀ ਟੀਬ ਮੀਨਸ ਦੀ ਇਕਨੋਮਿਕਸ ਆਫ ਇਕੋਸਿਸਟਮਸ ਐਂਡ ਬਾਇਓਡਾਇਵਰਸਿਟੀ ਉਹ ਅੱਜ ਔਰ ਬਾਇਓਡਾਇਵਰਸਿਟੀ ਡੇ ਵੀ ਹੈ ਅੱਜ ਟੀਬ ਦੀ ਰਿਪੋਰਟ ਅਪ੍ਰੈਲ ਵਿੱਚ ਆਂਦੀ ਹੈ ਔਰ ਉਹ ਕਹਿੰਦੀ ਹੈ ਕਿ ਦੁਨੀਆ ਦੀ ਇੰਡਸਟਰੀ ਨੋ ਜਿਹੜੀ ਫ੍ਰੀ ਵੀ ਦਿੱਤੀ ਗਈ ਹੈਗੀ ਹੈ ਦੈਟ ਇਜ਼ 7.3 ਬਿਲੀਅਨ ਸੌਰੀ 7.3 ਟ੍ਰਿਲੀਅਨ ਡਾਲਰਸ ਏ ਈਅਰ 7.3 ਟ੍ਰਿਲੀਅਨ ਡਾਲਰਸ ਦੇ ਅਸੀਂ ਉਹਨਾਂ ਨੂੰ ਨੈਚੁਰਲ ਰਿਸੋਰਸਸ ਫ੍ਰੀ ਆਫ ਕਾਸਟ ਦੇ ਰਹੇ ਹਾਂ ਅਗਰ ਇਹ ਵਿਡਰੋ ਕੀਤਾ ਜਾਏ ਤਾਂ ਜਿੰਨਾ ਵੀ ਪ੍ਰੋਫਿਟ ਤੁਸੀਂ ਦੇਖਦੇ ਹੋ ਕਾਰਪੋਰੇਟ ਦਾ ਹੈਗਾ ਉਹ ਕਲਾਪਸ ਕਰ ਜਾਂਦਾ ਹੈ ਸੋ ਇਟ ਇਜ਼ ਵੈਰੀ ਕਲੀਅਰ ਕਿ ਸਾਰਾ ਸਿਸਟਮ ਜਿਹੜਾ ਹੈਗਾ ਉਹ ਇਨ ਮੈਸਿਵ ਸਬਸਿਡੀ ਦੇ ਉੱਪਰ ਬਿਲਟ ਹੈਗਾ ਉਹ ਜਿਹੜਾ 7.3 ਟ੍ਰਿਲੀਅਨ ਡਾਲਰ ਹੈਗਾ ਜਿਹੜਾ ਜਾ ਰਿਹਾ ਉਹਨਾਂ ਕੋਲ ਕੰਪਨੀਆਂ ਕੋਲ ਉਹ ਅਸੀਂ ਤੁਸੀਂ ਨੇ ਕਦੀ ਸਵਾਲ ਨਹੀਂ ਕੀਤਾ ਕਿਉਂਕਿ ਦੈਟ ਇਜ਼ ਬੇਸਿਕਲੀ ਆਵਰ ਰਿਸੋਰਸ that is basically people's resource jo unna nu ditta ja rahe hage and we as a community or as a as a humanity assi chup rahe hage kyunki we also believe ki jab tak corporate the profit nahi badhange ta revenue nahi aayega eh sanu ek narrative banaya gaya hage but i think eh dasda hai ki agar 7.3 trillion dollar de uh, resources har saal leke ja rahe hage which includes water which includes your biodiversity which includes other ਨੈਚੁਰਲ ਰਿਸੋਰਸਸ ਆਲਸੋ ਉਹਨਾਂ ਦੇ ਨਾਲ ਜੋ ਤਬਾਹੀ ਹੋ ਰਹੀ ਹੈ ਪਲੈਨਟ ਦੀ ਉਹ ਸਾਨੂੰ ਇੱਕ ਤਰਫ ਦੇਖਣੀ ਹੈਗੀ ਹੈ ਦੈਨ ਯੂ ਹੈਵ ਟੂ ਵੇ ਵਾਟ ਇਜ਼ ਦੀ ਵੇ ਫਾਰਵਰਡ ਆਲ ਆਮ ਸਜੈਸਟਿੰਗ ਟੂ ਯੂ ਇਜ਼ ਲੇਡੀਜ਼ ਐਂਡ ਜੈਂਟਲਮੈਨ ਥੋੜਾ ਜਿਹਾ ਬ੍ਰੋਡਰ ਆਪਣਾ ਪਰਸਪੈਕਟਿਵ ਬਣਾਈਏ ਇਹ ਪਰਸਪੈਕਟਿਵ ਬਣਾਉਣਾ ਸਿਰਫ ਇੱਕ ਜਾਂ ਦੋ ਜਾਂ ਤਿੰਨ ਲੋਕਾਂ ਦਾ ਕੰਮ ਨਹੀਂ ਹੈ ਇਟ ਇਜ਼ ਫਾਰ ਆਲ ਆਫ ਅਸ It is for all of us because when you enter into a negotiation or let's say when you go and meet a chief minister or when you go and meet a vice chancellor of a university, you should be able to negotiate or talk at a level gap. ਐਂਡ ਇਨ देयर ਅੰਡਰਸਟੈਂਡਿੰਗ ਆਲਸੋ ਇਹ ਨਾ ਸੋਚੀ ਕਿ ਸਾਰੇ ਵਿਜ਼ਡਮ ਤੋਂ ਭਰੇ ਹੁੰਦੇ ਹੈਗੇ ਆ ਉਹ ਈਚ ਵਨ ਆਫ ਅਸ ਇਜ਼ ਲਰਨਿੰਗ ਐਟ ਏਵਰੀ ਸਟੇਜ ਮੇਰਾ ਸਿਰਫ ਇਹ ਹੈ ਕਿ ਅਗਰ ਆਪਾਂ ਇਹ ਵੀ ਲਰਨਿੰਗ ਇੰਬਾਈਬ ਕਰ ਲਈ ਹੈ ਕਿ ਵੀ ਕੈਨ ਗੋ ਐਂਡ ਟੈਲ ਦੀ ਚੀਫ ਮਿਨਿਸਟਰ ਕਿ ਸਾਬ ਤੁਸੀਂ ਇੰਨਾ ਪ੍ਰੋਮਿਸ ਕੀਤਾ ਸੀਗਾ ਤੁਹਾਡੇ ਅਗਲੇ ਦਿਨ ਆਉਣ ਤੋਂ ਬਾਅਦ ਅਸੀਂ ਦੇਖ ਲਿਆ ਕਿ ਪਾਣੀ ਨਾਲੇ ਦਾ ਕਿੰਨਾ ਗੰਦਾ ਹੋ ਗਿਆ ਸੀਗਾ ਐਂਡ ਨਾਓ ਆਈ ਡੋਨਟ ਥਿੰਕ ਤੁਸੀਂ ਕਦੇ ਉਹਨੂੰ ਮਿਲ ਪਾਓਗੇ ਕਦੀ ਇਸ ਇਸ ਤਰੀਕੇ ਨਾਲ ਬੋਲਣ ਵਾਸਤੇ ਜਿਸ ਤਰ੍ਹਾਂ ਇੱਕ ਵਾਰ ਆ ਗਏ ਸੀਗੇ ਬਟ ਅਗਰ ਤੁਸੀਂ ਪਬਲਿਕ ਪ੍ਰੈਸ਼ਰ ਵੀ ਬਿਲਡ ਅਪ ਕਰਦੇ ਰਹੋਗੇ ਦੈਟ ਵਿਲ ਹੈਵ ਅ ਸੇ that will have a say ਤੁਸੀਂ ਪਬਲਿਕ ਪ੍ਰੈਸ਼ਰ ਜਿਹੜਾ ਹੈਗਾ ਉਹ ਕਦੇ ਨਹੀਂ ਛੱਡਣਾ ਹੈਗਾ ਆਈ ਥਿੰਕ ਈਚ ਵਨ ਆਫ ਅਸ ਹੈ ਰਿਸਪੋਨਸਿਬਿਲਟੀ ਟੂ ਪਲੇ ਆਰ ਪਾਰਟ ਕਿਤੇ ਵੀ ਹੋ ਤੁਸੀਂ ਈ ਵੈਦਰ ਯੂ ਆਰ ਐ ਐਗਰੀਕਲਚਰ ਸਾਇੰਟਿਸਟ ਵੈਦਰ ਯੂ ਆਰ ਐ ਬਿਊਰੋਕਰਟ ਵੈਦਰ ਯੂ ਆਰ ਐ ਪ੍ਰੋਫੈਸਰ অর অর ਐ ਆਰਡੀਨਰੀ ਸਿਟੀਜ਼ਨ ਆਈ ਥਿੰਕ ਤੁਹਾਡੇ ਕੋਲ ਹਰੇਕ ਕੋਲ ਅੱਜਕੱਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੀਡੀਆ ਤੁਹਾਡੀ ਗੱਲ ਨਹੀਂ ਕਰਦਾ ਇੱਕ ਟਾਈਮ ਸੀਗਾ ਬਹੁਤ ਆਸਾਨੀ ਨਾਲ ਕਿਹਾ ਜਾਂਦਾ ਸੀਗਾ ਆਈ ਵਿਲ ਟੇਕ 2 ਮਿੰਟਸ ਮੋਰ ਸਰ ਇੱਕ ਟਾਈਮ ਤੇ ਬੜਾ ਆਸਾਨੀ ਨਾਲ ਕਿਹਾ ਜਾਂਦਾ ਸੀਗਾ ਸਰ ਸਾਹਿਬ ਕਿ মিডিਆ ਜਿਹੜਾ ਹੈ ਕਾਰਪੋਰੇਟ মিডিਆ ਸਾਡੀ ਗੱਲ ਨਹੀਂ ਕਰਦਾ ਅੱਜ ਕੱਲ ਤਾਂ ਤੁਹਾਡੇ ਹੱਥ ਵਿੱਚ মিডিਆ ਹੈਗਾ ਤੁਹਾਡੇ ਹੱਥ ਵਿੱਚ ਸੋਸ਼ਲ ਮੀਡੀਆ ਹੈਗਾ ਐਂਡ ਦੀ ਟ੍ਰੈਜੇਡੀ ਇਜ਼ ਕਿ ਵੀ ਸਟਿਲ ਡੋਨਟ ਯੂਜ਼ ਇਟ ਅਸੀਂ ਫਿਰ ਵੀ ਹਲੇ ਕਾਰਪੋਰੇਟ মিডিਆ ਨੂੰ ਬਲੇਮ ਕਰਦੇ ਹੈਗੇ ਆ ਤੁਹਾਡੇ ਹੱਥ ਵਿੱਚ ਜਿਹੜਾ মিডিਆ ਹੈਗਾ ਉਹ ਤੁਸੀਂ ਯੂਜ਼ ਹੀ ਨਹੀਂ ਕਰਦੇ ਯੂਜ਼ ਕਰਦੇ ਹੋ ਤਾਂ ਫਿਰ ਤੁਸੀਂ ਉਸ ਉਹਨਾਂ ਚੀਜ਼ਾਂ ਵਾਸਤੇ ਕਰਦੇ ਹੋ ਜਿਹਦਾ ਕੋਈ ਮਤਲਬ ਨਹੀਂ ਹੈਗਾ ਜਾਂ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਹੈਗੇ ਆ ਵਾਈ ਕਾਂਟ ਯੂ ਜਸਟ ਰਾਈਟ ਅਬਾਊਟ ਅਗਰ ਅੱਜ ਵੀ ਤੁਸੀਂ ਵਾਪਿਸ ਜਾਓ ਇਸ ਕਾਨਫਰੈਂਸ ਦੇ ਉੱਪਰ ਜੋ ਵੀ ਆਪਣਾ ਐਫਰਟ ਹੋ ਰਿਹਾ ਹੈਗਾ ਉਹਦੇ ਉੱਪਰ 2-4 ਲਾਈਨਾਂ ਹੀ ਤੁਸੀਂ ਅਗਰ ਵਟਸਐਪ ਤੇ ਵੀ ਸ਼ੇਅਰ ਕਰਦੇ ਹੋ ਵਾਟ ਇਜ਼ ਰੌਂਗ ਇਨ 댓 ਪਰ ਨਹੀਂ ਕਰਦੇ ਨਹੀਂ ਕਰਦੇ ਅਸੀਂ ਜਾਵਾਂਗੇ ਉਹਦੇ ਕੋਈ ਕੋਈ ਗਾਣਾ ਚੱਲ ਪਏਗਾ ਤੁਹਾਡੇ ਉਤੇ YouTube ਤੇ ਤੁਸੀਂ ਦੇਖਣਾ ਸ਼ੁਰੂ ਕਰਦੇ ਹੋਗੇ ਐਂਡ ਤੁਸੀਂ ਕਦੀ ਇਹ ਨਹੀਂ ਕਰਦੇ ਕਿ ਤੁਹਾਡਾ ਵੀ ਇੱਕ ਮੈਸੇਜ ਜਿਹੜਾ ਹੈਗਾ ਲੋਕਾਂ ਕੋਲ ਜਾ ਸਕਦਾ ਹੈਗਾ ਔਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇ ਕੇ ਗੱਲ ਆਪਣੀ ਖਤਮ ਕਰਾਂਗਾ ਇੱਕ ਮੈਂ ਕਿਸੇ ਕਨਫੈਸ ਵਿੱਚ ਗੱਲ ਕੀਤੀ ਸੀਗੇ ਔਨ ਔਨ ਅ ਟੈਲੀਵਿਜ਼ਨ ਮੈਂ ਇਹ ਕਿਹਾ ਸੀਗਾ ਕਿ ਸਭ ਤੋਂ ਵੱਡੀ ਪ੍ਰੋਬਲਮ ਖੇਤੀ ਦੀ ਇਹ ਹੈਗੀ ਹੈ ਕਿ ਕਿਸਾਨ ਨੂੰ ਜਿਹੜਾ ਉਹਦਾ ਦਾਮ ਮਿਲਣਾ ਚਾਹੀਦਾ ਉਹ ਉਹਨੂੰ ਡਿਨਾਈ ਕੀਤਾ ਗਿਆ ਹੈ ਐਂਡ ਆਈ ਗਿਵ ਯੂ ਦੈਟ ਪਲੇਸਟੇਸ਼ਨ ਅਗੇਨ ਐਂਡ ਦੈਨ ਆਈ ਵਾਈਂਡ ਅਪ ਮੈਂ ਤੁਹਾਨੂੰ ਦੱਸਣਾ ਚਾਹਨਾ ਉਸ ਗੱਲ ਦਾ ਕਿੰਨਾ ਮਤਲਬ ਹੁੰਦਾ ਜੋ ਆਪਾਂ ਗੱਲ ਕਰਦੇ ਹੈਗਾ ਮੈਂ ਇੱਕ ਟੀਵੀ ਤੇ ਇਹ ਗੱਲ ਕਰਦੀ ਕਿਸੇ ਨੇ ਉਹ ਕਲਿੱਪ ਕੱਟਿਆ 5 ਮਿੰਟ ਦਾ ਕਲਿੱਪ ਸੀਗਾ ਉਹਨੇ ਉਹ ਸ਼ੇਅਰ ਕਰਤਾ ਉਹ ਸ਼ੇਅਰ ਕਰਤਾ ਮੈਂ ਹੈਰਾਨ ਹੋ ਗਿਆ ਕਿ ਕੁਝ ਦਿਨਾਂ ਬਾਅਦ ਉਹ ਮੇਰੇ ਕੋਲ ਕੁਝ ਦਿਨਾਂ ਵਿੱਚ ਹੀ ਮੇਰੇ ਕੋਲ 30 40 ਵਾਰ ਤੇ ਮੇਰੇ ਕੋਲ ਹੀ ਆ ਗਿਆ ਉਹ ਮੇਰਾ ਹੀ ਕਲਿੱਪ ਔਰ ਉਹ ਕਲਿੱਪ ਦੇ ਨਾਲ ਪਤਾ ਚੱਲਦਾ ਸੀ ਕਿੰਨਾ ਕੁ ਸਰਕੂਲੇਸ਼ਨ ਵਿੱਚ ਆਏਗਾ ਦੈਨ ਅਲਟੀਮੇਟਲੀ ਆਈ ਫਾਊਂਡ ਆਊਟ ਕਿ ਉਹ ਇੱਕ ਇੱਕ ਸਟੇਜ ਆ ਗਈ 2 ਸਾਲ ਹੋ ਗਏ ਉਸ ਕਲਿੱਪ ਨੂੰ ਚੱਲਦੇ ਹੋਏ ਆਈ ਫਾਊਂਡ ਆਊਟ ਕਿ ਉਹ 45 ਮਿਲੀਅਨ ਪੀਪਲ ਹੈਡ ਸੀਨ ਇਟ ਇੱਕ ਸਾਲ ਹੋਰ ਹੋ ਗਿਆ ਇੱਕ ਸਾਲ ਹੋਰ ਹੋ ਗਿਆ ਤਾਂ ਮੈਨੂੰ ਪਤਾ ਚੱਲਿਆ ਕਿ 75 ਮਿਲੀਅਨ ਪੀਪਲ ਹੈਵ ਸੀਨ ਇਟ ਉਹਦੇ ਵਿੱਚ ਮੈਂ ਕੀ ਕਿਹਾ ਸੀਗਾ ਮੈਂ ਸਿੰਪਲ ਜੀ ਗੱਲ ਇੱਕ ਬੋਲੀ ਸੀ ਕਿ ਕਿਸਾਨ ਨੂੰ 1970 ਵਿੱਚ ਕਣਕ ਦਾ ਜਿਹੜਾ ਭਾਅ ਮਿਲਿਆ ਸੀਗਾ ਉਹ 76 ਰੁਪਏ ਪਰ ਕੁਇੰਟਲ ਸੀਗਾ। ਔਰ 2015 ਵਿੱਚ ਜਦੋਂ ਉਹ ਅਸੀਂ 45 ਇਅਰ ਦਾ ਪੀਰੀਅਡ 45 ਸਾਲ ਦਾ ਪੀਰੀਅਡ ਮੈਂ ਸਟੱਡੀ ਕੀਤਾ ਸੀਗਾ ਤਾਂ ਉਹਦੇ ਵਿੱਚ ਉਹਦੀ ਜਿਹੜਾ ਵੀਟ ਦਾ ਪ੍ਰਾਈਸ ਸੀਗਾ ਉਹ 1450 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਹ 45 ਸਾਲ ਵਿੱਚ 19 ਗੁਣਾ ਦੀ ਵੜੌਤੀ ਹੋਈ ਸੀਗੀ। ਔਰ ਇਸੀ ਪੀਰੀਅਡ ਵਿੱਚ ਆਈ ਟ੍ਰਾਈਡ ਟੂ ਵਰਕ ਆਊਟ ਕਿ ਬੇਸਿਕ ਪੇਅ ਔਰ ਡੀਏ ਸਿਰਫ ਬੇਸਿਕ ਪੇਅ ਔਰ ਡੀਏ EMPLOYEES ਦਾ ਕਿੰਨਾ ਬੜਿਆ ਹੈਗਾ ਮੈਂ ਦੇਖਿਆ ਕਿ 120 ਤੋਂ 150 ਗੁਣਾ EMPLOYEES ਦਾ ਬੇਸਿਕ ਪੇਅ ਔਰ ਡੀਏ ਵੱਡ ਗਿਆ ਫਿਰ ਮੈਂ ਦੇਖਿਆ ਕਿ ਕਾਲਜ ਦੇ ਪ੍ਰੋਫੈਸਰਾਂ ਦਾ ਜਿਹ ਲੈਕਚਰਰਸ ਦਾ ਕੀ ਕਿੰਨਾ ਬੜਿਆ ਹੈਗਾ ਬਿਕੋਜ਼ ਵੀ ਹੈਵ ਟੂ ਸੀ ਇਨਕਮ ਪੈਰਿਟੀ ਉਹਨਾਂ ਦਾ 150 ਤੋਂ 170 ਗੁਣਾ ਵੱਡ ਗਿਆ ਇਸੀ 45 ਸਾਲ ਦੇ ਪੀਰੀਅਡ ਵਿੱਚ ਸਕੂਲ ਟੀਚਰਸ ਕਿਉਂਕਿ ਉਹਨਾਂ ਦੀ 1970 ਤਨਖਾਹ ਬਹੁਤ ਹੀ ਘੱਟ ਹੁੰਦੀ ਸੀਗੀ ਉਹਨਾਂ ਦਾ 280 ਤੋਂ 320 ਗੁਣਾ ਵੜ ਗਈ ਤਨਖ ਆਈ ਥਿੰਕ ਦ ਇਸ਼ੂ ਵਾਸ ਨਾਟ ਪ੍ਰੋਡਕਟੀਵਿਟੀ ਦੀ ਇਸ਼ੂ ਵਾਸ ਇਨਕਮ ਜੇ 19 ਗੁਣਾ ਹੀ ਪ੍ਰੋਡਕਟੀਵਿਟੀ ਸਾਡੇ ਇਨਕਮ ਸਾਡੇ ਤਿੰਨਾਂ ਸੈਕਸ਼ਨਾਂ ਦੀ ਜਿਹੜੀ ਮੈਂ ਗੱਲ ਕੀਤੀ ਹੈਗੀ ਬੜੀ ਹੁੰਦੀ ਇਹਨਾਂ ਚੋਂ ਅੱਧੇ ਸੁਇਸਾਈਡ ਕਰ ਚੁੱਕੇ ਹੋਣੇ ਸੀਗੇ ਅੱਧੇ ਨੌਕਰੀਆਂ ਛੱਡ ਚੁੱਕੇ ਹੋਣੇ ਸੀਗੇ ਲੈਟਸ ਬੀ ਵੈਰੀ ਕਲੀਅਰ ਸੋ ਅਸੀਂ ਜਾਣ ਬੁੱਝ ਕੇ ਖੇਤੀ ਨੂੰ ਖਤਮ ਖਤਮ ਕੀਤਾ ਹੈਗਾ ਇਹ ਗੱਲ ਮੈਂ ਕਹੀ ਸੀਗੀ ਐਂਡ ਆਈ ਵਾਸ ਸੋ ਹੈਪੀ ਕਿ ਸਾਰੇ ਦੇਸ਼ ਤੋਂ ਫੋਨ ਆਣੇ ਔਰ ਫਿਰ ਸਾਰੇ ਜਿਹੜੇ ਤੁਹਾਨੂੰ ਦੱਸਿਆ ਇੰਨੇ ਸਾਰੇ ਮਿਲੀਅਨ ਹੋ ਮਿਲੀਅਨ ਵਿਊਅਰਸ ਹੋ ਗਏ ਬਟ ਇੰਟਰਸਟਿੰਗਲੀ कुछ महीने पहले उन्हें अंत तो अजीत सिंह जो कृषि मंत्री तुम्हें याद हो गया एक टाइम तो होंगे सो एक दिन कॉल आया मैं कहने देवेंद्र जी मैंने कल देखा आपका ये वीडियो मैंने कहा सर अच्छा आपने चलो देखा तो सही कहते नहीं मुझे बहुत ही अच्छा लगा मैं आपसे गुजारिश करनी है कि क्या ये जो डाटा आपने दिया है क्या मैं अपने पब्लिक लैक्चर में इसको लेके जा सकता हूँ मैंने कहा सर जरूर लेके जाइए मैंने तो वैसे पब्लिक में ये एक बात कही थी बट द पॉइंट आई एम ट्राइंग टू मेक इज़ कि ये जो बात चाहे वो किसी भी लेवल पे कही गई हो पर जो वो ट्रांस बहुत दूर तक वो ट्रैवल करती है अगर हम उस बात को अगर सोशल मीडिया का उपयोग करके हर आदमी अगर अपना रोल अदा करे तो तो अगर हम भी ये पानी के ऊपर भी कंटेमिनेशन के ऊपर जो आज हम डिस्कस कर रहे हैं लेट अस एटलीस्ट स्टार्ट शेयरिंग अमंग अस अमंगल्वी देखो कि नेरेटिव बदलेगा डोंट थिंक कि भाई थोड़े तो करेगा एंड फाइनली एक एक कहावत सभी किसी एक कहावत नहीं एक, एक सवाल पूछा गया कि मैंने किसी प्लेटफॉर्म से एंड आई मस्ट शेयर विद यू मैं कि अफ्रीका च कित लैक्चर दे रहा तो एक महिला खड़ी हुई अफ्रीकन लेडी खड़ी हुई कहती है कि सर मैंने आपकी बातें तो मान ली पर मुझे ये बताओ कि मैं अकेली हूँ मैं अगर अकेली कर भी लूँगी तो उससे क्या होगा या उससे कोई असर पड़ेगा दैट वॉज ए लोडेड क्वेश्चन तो एक लड़की और खड़ी एक महिला उतों और खड़ी होगी वो कहती है सर इसका जवाब मैं देना चाहती हूँ तो आई वॉज वेरी हैप्पी रिलैक्सड ऑल्सो क्योंकि डि, डिफ़िकल्ट क्वेश्चन सी मेरे वास्ते वो कहती है जी अफ्रीका में एक कहावत है अफ्रीका में एक कहावत है कि जब आप रात को सो ना और आप ये सोचते हो कि आप कुछ नहीं कर सकते जब आप रात को सो तो कोशिश करो कि आपके कमरे में एक मच्छर रह जाए वो एक मच्छर आपका जीना हराम कर देता है रात को तो उसने कहावत ही कहती है कि क्या आप मच्छर से भी गए गुजरे हैं आई थिंक द मैसेज इज़ वेरी क्लियर हम लोग सारे अपना अपना अगर ये योगदान दें तो आप मच्छरों को तो पीछे छोड़ेंगे ही लेकिन आप ह्यूमैनिटी को भी एक बहुत बड़ा एक मैसेज या चेंज के लिए एक अवसर देंगे मेरा सिर्फ आपसे एक ही रिक्वेस्ट है कि प्लीज़ टू थिंग्स डोंट वरी अबाउट कि कौन किस बड़े आदमी ने ये बात कही है हैव दी अगर आप सोचते हैं कि वो आदमी गलत कह गया है या उसकी उसमें अमेंडमेंट uh, की जरूरत है या करेक्शन की जरूरत है प्लीज़ स्टैंड अप एंड से दैट डोंट वरी कि वो कौन से उसका नोबल प्राइज़ उसको मिला था कि नहीं मिला था ये सब बातें मत छोड़ उसको देखिए स्टैंड अप एंड से दैट एंड सेकेंडली प्लीज़ प्लीज़ आपके हाथ में जो मीडिया है उसका उपयोग करिए और आप अगर उस हाथ में जो मीडिया आपके है उसका उपयोग करते हैं तो मैं दावे से कह सकता हूँ कि जब हम अगली बार मिलेंगे तो सिचुएशन बहुत इम्प्रूव कर जाएगी सब लोगों को ये एहसास होगा उनका भी एक दा, दायित्व है एक रोल है उन सब का इस रोल उसमें नजर आएगा और आप देखेंगे यू नो जैसे कहा जाता है ना मल्टीप्लायर इफेक्ट वो मल्टीप्लायर इफेक्ट है जो चेंज को लाने में मजबूर करेगा सो लेडीज एंड जेंटलमैन आज के दिन हम इतना अभी जो पूरे दिन हम बैठेंगे सुनेंगे और बातें समझेंगे भी और मुझे लगता है कि प्लीज़ काइंडली मेरे को तो एक मजबूरी है कि मुझे शाम को वाइंड अप करना है या समप करना है तो मुझे तो लिखना पड़ेगा लेकिन आप भी प्रयास करें कुछ एक पॉइंट्स व्हाट्सएप पे लिखें और शेयर करें जितना आप शेयर करेंगे आई थिंक अच्छे लोगों को भी ये एक दायित्व जो है अपने कंधे पर लेना पड़ेगा सो थैंक यू वेरी मच एंड आई होप वील हैव ए वंडरफुल डिस्कशन टूडे